आप जानते हो असी लड़ी वार बाणी सुख मनी गुरु अर्जन साहब जी उच्चारण कीती हुई ये बाणी लगातार लड़ी वार सांझी कर रहे हां। अज दा जो 13वीं अर्थ पदी है वो आप जी नाल सांझी करनी पर 12वीं अर्थ पदी विचों अखीरले दो तीन पदे रह गए सन, पिछले बारी समय करके नहीं कर पाए। मैं उस लड़ी नू जोड़ता होया आप जी नाल फिर 13वीं अष्टपदी कंटिन्यूस करांगा। 13वीं अष्टपदी जो है सतगुरु जी सानू समझाना कर रहे हैं, श्लोक संत शरण जो जन परै सो जन उधरम हार, संत के निंदा नानका बहोर बहोर अवतार। इस श्लोक के अंदर अते अष्टपदी के अंदर संत शब्द बहुत बारी आया है ते ये आज कौम दा गुरबाणी दा बहुत अहम विषय है, क्योंकि बहुत सारे लोगों ने सो कॉल्ड महापुरुषों ने इस वर्त शब्द दी बड़ी गलत दुर्वरतों की थी है। असी ये बाणी दे राही इतिहास दे राही इस हफ्ते भी समझांगे और इस नू अगले हफ्ते भी लगातार लड़ी नू जोड़ के समझांगे। मेरे वीर वरिंदर पाल सिंह जी बड़े सुलझे हुए विद्वान हैं, वो भी अगले हफ्ते साढ़े नाल गुरबाणी इतिहास दे आधार पे इस विषय नू लैणगे। ये बड़ा सेंसिटिव विषय भी है, असी जदों इमोशनली किसी महापुरुष नाल जुड़े होने हाँ इन्ना साडी अकल मत उस बंदे नाल जुड़ जाती है कि असी गुरबाणी दे प्रमाण नहीं उहदे सामने कुछ नहीं समझते, गुरबाणी नू नीवा समझते हाँ घट समझते हाँ, सो कार्ड बाबा जो कुछ कह दवे असी उहनू ज्यादा समझ रहे हाँ। ये असीं फैसला करना है कि मैं सो कार बाबयां दी गल मननी है कि गुरबाणी दी गल मननी है। इस नूं असीं बड़े सुलझे हुए विचारां दे नाल आप जी नाल सांझा करांगे ते आप जी नूं भी बेनती है सारे वीर भैणां नूं असीं इहदे उपर पूरे सवाल जवाब भी करांगे। अज मैं इस विषय ते बड़े ही संखेप दे नाल मैं आप जी नाल कुछ गल्लां सांझियां करांगा इतिहासक तौर ते और गुरबाणी दे तौर ते, क्योंकि ये शब्द संत गुरबाणी अंदर बहुत बारी आया है, उस होशियारी नाल भी आवेगा मुक्ता भी आवेगा ते उस तो बाद औंकड़ नाल भी आवेगा ते होर जिहड़े सिनोनिमस वर्ड होणगे वो आप जी नाल सांझे करांगे। आओ इस दे जो आखरी हर मैं आप जी नाल एक बारी सांझे कर दिंदा हाँ, अगे जाके मैं आप जी नाल होर इस दी व्याख्या डिटेल नाल सांझी करांगा। संत शरण जो जन परै सो जन उधरन हार। संत शब्द संगत वास्ते भी आया है, गुरु वास्ते भी आया है, परमेश्वर वास्ते भी आया है।
ਹੁਣ ਸ਼ਰਨ ਸ਼ਰਨ ਕਿਹਦੇ ਪੈਣਾ ਹੈ, ਗੁਰੂ ਦੀ ਤੇ ਪਰਮੇਸ਼ਰ ਦੀ? ਤਾਂ ਇੱਥੇ ਸ਼ਬਦ ਇਹ ਸਮਝ ਸਕਦੇ ਹਾਂ ਵੀ ਗੁਰੂ ਵਾਸਤੇ ਪਰਮੇਸ਼ਰ ਵਾਸਤੇ ਆਵੇਗਾ, ਵੀ ਉਹਦੀ ਸ਼ਰਨ ਵਿੱਚ ਪੈਣਾ ਹੈ। ਜੋ ਜਾਂ ਨਨੇ ਨੂੰ ਔਂਕੜ ਹੈ, ਜਿਹੜਾ ਵੀ ਪਰਟੀਕੁਲਰ ਕੋਈ ਇੱਕ ਜਨ ਜੋ ਹੈ ਗੁਰੂ ਪਰਮੇਸ਼ਰ ਦੀ ਸੰਗਤ ਵਿੱਚ ਆਉਂਦਾ ਹੈ, ਪੈਂਦਾ ਹੈ, ਸੋ ਜਨ ਦੈਟ ਵਨ ਪਰਸਨ ਉਦਰਨ ਹਾਰ ਦੈਟ ਵਨ ਇਜ ਅ ਕੈਪੇਬਲ, ਪੂਰੀ ਤਰ੍ਹਾਂ ਸਮਰੱਥ ਹੈ ਕਿ ਉਹ ਇਸ ਵਿਕਾਰਾਂ ਤੋਂ ਉਹਦਾ ਉਧਾਰ ਹੋ ਸਕਦਾ ਹੈ। ਦੂਸਰੀ ਪੰਕਤੀ ਵਿੱਚ ਸਤਿਗੁਰੂ ਜੀ ਕਹਿ ਰਹੇ ਨੇ, ਸੰਤ ਕੀ ਨਿੰਦਾ ਨਾਨਕਾ। ਹੁਣ ਨਿੰਦਾ ਸ਼ਬਦ ਵੀ ਬਹੁਤ ਵਰਤਿਆ ਜਾਂਦਾ ਹੈ, ਇਹਨੂੰ ਵੀ ਅਸੀਂ ਬੜੇ ਚੰਗੇ ਢੰਗ ਨਾਲ ਡਿਫਾਈਨ ਕਰਾਂਗੇ ਅਗਲੇ ਹਫ਼ਤੇ ਗੁਰਬਾਣੀ ਦੇ ਆਧਾਰ ਤੇ, ਕਿਉਂਕਿ ਜਦੋਂ ਇਹ ਸੋ ਕਾਲਡ ਮਹਾਂਪੁਰਸ਼ ਸੋ ਕਾਲਡ ਸੰਤਾਂ ਦੀ ਗੱਲਬਾਤ ਕਰਦੇ ਹਾਂ ਨਾ, ਤੇ ਉਹਨਾਂ ਦੇ ਬਖੀਏ ਉਧੇੜਦੇ ਹਾਂ, ਤਾਂ ਉਹਨਾਂ ਦੇ ਪ੍ਰੇਮੀ ਕਹਿੰਦੇ ਬਾਬਾ ਜੀ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਅਸੀਂ ਨਿੰਦਾ ਵੀ ਸਮਝਾਂਗੇ, ਬਾਣੀ ਅਨੁਸਾਰ ਨਿੰਦਾ ਕਿਹਨੂੰ ਕਿਹਾ ਜਾਂਦਾ, ਤਾਂ ਸਾਨੂੰ ਇਹਨਾਂ ਗੱਲਾਂ ਦੀ ਸਮਝ ਆਵੇਗੀ। ਤਾਂ ਇਹ ਜੋ ਸੈਸ਼ਨ ਹੈ ਵਨ ਵੇ ਟ੍ਰੈਫਿਕ ਨਹੀਂ ਹੈ, ਆਪ ਜੀ ਸਾਰਿਆਂ ਨੇ ਇਸ ਵਿਸ਼ੇ ਤੇ ਸਾਂਝ ਪਾਉਣੀ ਹੈ, ਚਾਹੇ 2 ਹਫ਼ਤੇ ਲੱਗ ਜਾਣ ਚਾਹੇ 3 ਹਫ਼ਤੇ ਲੱਗ ਜਾਣ। ਆਪ ਜੀ ਨੇ ਸਾਰੇ ਸਵਾਲ ਲਿਖ ਕੇ ਰੱਖਣੇ ਹਨ, ਮੈਨੂੰ ਬੇਸ਼ੱਕ ਵਟਸਐਪ ਤੇ ਭੇਜ ਸਕਦੇ ਹੋ, ਤਾਂ ਕਿ ਅਸੀਂ ਖੁੱਲੇ ਸਮੇਂ ਦੇ ਨਾਲ ਇਹਦੀ ਵਿਚਾਰ ਕਰਾਂਗੇ। ਅੱਜ ਵੀ ਸੰਖੇਪ ਵਿੱਚ ਕਰਾਂਗੇ, ਅਗਲੇ ਹਫ਼ਤੇ ਹੋਰ ਡਿਟੇਲ ਨਾਲ ਕਰਾਂਗੇ, ਜੇ ਲੋੜ ਪਏਗੀ ਆਪ ਜੀ ਦੇ ਸਵਾਲਾਂ ਦੇ ਜਵਾਬ ਅਸੀਂ ਤੀਜੇ ਹਫ਼ਤੇ ਵੀ ਜ਼ਰੂਰ ਕਰਾਂਗੇ। ਬਟ ਆਈ ਵਾਂਟ ਟੂ ਮੇਕ ਸ਼ੋਰ ਵੀ ਇਹ ਕੋਨਸੈਪਟ ਸਾਡੇ ਮਨ ਵਿੱਚੋਂ ਨਿਕਲ ਜਾਣਾ ਚਾਹੀਦਾ ਹੈ ਕਿ ਸੋ ਕਾਲ ਸੰਤ ਨਹੀਂ ਅਖਵਾਏ ਜਾ ਸਕਦੇ, ਤੇ ਬਾਣੀ ਅਨੁਸਾਰ ਸਤਿਗੁਰੂ ਸੰਤ ਕਿਹਨੂੰ ਕਿਹਨੂੰ ਆਖਦੇ ਹਨ ਉਹ ਸੁਣਨ ਦਾ ਯਤਨ ਕਰਾਂਗੇ। ਹੁਣ ਇੱਥੇ ਇੱਕ ਅੱਖਰ ਅਵਤਾਰ ਆ ਰਿਹਾ ਹੈ, ਇਹ ਸਨਾਤਨੀ ਹਿੰਦੂ ਮਾਇਥੋਲੋਜੀ ਦਾ ਪੈਨੂੰ ਸਿਆਰੀ ਹੈ, ਜਿਨ੍ਹਾਂ ਨੇ ਗ੍ਰਾਮਰ ਦਾ ਰੂਲ ਪੜ੍ਹਿਆ ਹੈ ਉਹ ਪੈਨੂੰ ਸਿਆਰੀ ਆਪਣੇ ਦੁਆਰਾ, ਪਰਮੇਸ਼ਰ ਆਪਣੇ ਦੁਆਰਾ ਭਾਵ ਪਰਮੇਸ਼ਰ ਆਪਣੇ ਬਣਾਏ ਹੋਏ ਨਿਯਮ ਮਰਿਆਦਾ ਸਾਫਟਵੇਅਰ ਪ੍ਰੋਗਰਾਮਿੰਗ ਦੇ ਦੁਆਰਾ ਆਪ ਪ੍ਰਭ ਸੋਏ, ਉਹਦੀ ਹੋਂਦ ਕਿਹੋ ਜਿਹੀ ਹੈ ਉਹ ਆਪ ਜਾਣਦਾ ਹੈ, ਜਿਹੋ ਜਿਹਾ ਆਪ ਹੈ ਉਹੋ ਜਿਹੀ ਉਹਦੀ ਹੋਂਦ ਹੈ। ਜੋ ਕਿਛ ਕੀਨੋ ਸੋ ਆਪਣੇ ਰੰਗ, ਰੰਗ ਸ਼ਬਦ ਬਹੁਤ ਕਰਕੇ ਪਿਆਰ ਵਾਸਤੇ ਆਉਂਦਾ ਹੈ, ਜੋ ਕੁਝ ਉਹ ਪਰਮੇਸ਼ਰ ਕਰਦਾ ਹੈ, ਜੋ ਉਸਨੇ ਕੀਤਾ ਹੈ, ਜੋ ਕਰ ਰਿਹਾ ਹੈ, ਉਹ ਆਪਣੀ ਮੌਜ ਵਿੱਚ ਕਰਦਾ ਹੈ, ਬੜੇ ਖੁੱਲੇ ਦਿਲ ਦੇ ਨਾਲ ਕਰਦਾ ਹੈ, ਉਹ ਕਰਦਿਆਂ ਹੋਇਆ ਦੁਖੀ ਨਹੀਂ ਹੁੰਦਾ, ਪਰੇਸ਼ਾਨ ਨਹੀਂ ਹੁੰਦਾ। ਸਭ ਤੇ ਦੂਰ ਸਭ ਹੂੰ ਕਹਿ ਤੰਗ। ਹੁਣ ਇਹ ਦੂਰ ਨੇੜੇ ਦਾ ਕੌਨਸੈਪਟ ਅਸੀਂ ਜਪਜੀ ਸਾਹਿਬ ਵਿੱਚ ਕਲੀਅਰ ਕੀਤਾ ਸੀ, ਸੁਖਮਨੀ ਸਾਹਿਬ ਵਿੱਚ ਵੀ ਇੱਕ ਵਾਰੀ ਕਲੀਅਰ ਕੀਤਾ ਹੈ। ਆਈ ਵਿਲ ਜਸਟ ਰਿਵਾਈਜ਼ ਕਿ ਪਰਮੇਸ਼ਰ ਸਾਡੇ ਤੋਂ ਦੂਰ ਕਿਵੇਂ ਹੁੰਦਾ ਹੈ।
ਉਹ ਸਾਡੇ ਨੇੜੇ ਕਿਵੇਂ ਪਤਾ ਲੱਗਦਾ ਹੈ, ਇਹ ਉਹਦੀ ਪ੍ਰੋਗਰਾਮਿੰਗ ਹੈ, ਇਹ ਉਹਦਾ ਸੋਫਟਵੇਅਰ ਬਣਿਆ ਹੈ। ਤੇ ਉਹਨੂੰ ਸਤਿਗੁਰੂ ਜੀ ਨੇ ਜਪਜੀ ਸਾਹਿਬ ਦੇ ਲਾਸਟ ਸ਼ਲੋਕ ਅੰਦਰ ਬੜੇ ਸੋਹਣੇ ਢੰਗ ਨਾਲ ਸਮਝਾਇਆ ਹੈ। ਸਾਰਿਆਂ ਤੋਂ ਦੂਰ ਹੈ, ਸਾਰਿਆਂ ਦੇ ਨੇੜੇ ਵੀ ਹੈ। ਹੁਣ ਉਹ ਪੰਕਤੀ ਮੈਂ ਆਪ ਜੀ ਨਾਲ ਸਾਂਝੀ ਕਰਦਾ ਹਾਂ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਨੀ ਆਪੋ ਆਪਣੀ ਕੇ ਨੇੜੈ ਕੇ ਦੂਰ। ਪਰਮੇਸ਼ਰ ਦੂਰ ਕਿਵੇਂ ਹੈ, ਨੇੜੇ ਕਿਵੇਂ ਹੈ? ਚੰਗਿਆਈਆਂ ਕੇ ਨੇੜੈ ਕੇ ਦੂਰ, ਕਈਆਂ ਦੀ ਚੰਗਿਆਈਆਂ ਕਰਕੇ ਪਰਮੇਸ਼ਰ ਉਹਨਾਂ ਦੇ ਨੇੜੇ ਹੈ, ਕਈ ਆਪਣੇ ਔਗਣ ਬੁਰਾਈਆਂ ਕਰਕੇ ਉਸ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਨੇ। ਤਾਂ ਸਾਰਿਆਂ ਦੇ ਨੇੜੇ ਵੀ ਹੈ, ਸਾਰਿਆਂ ਦੇ ਦੂਰ ਵੀ ਹੈ। ਜਿਹੜੇ ਰਿਅਲਾਈਜ਼ ਕਰ ਲੈਂਦੇ ਨੇ ਅੰਦਰੋਂ ਉਹਨਾਂ ਦੇ ਨੇੜੇ ਹੈ, ਜੋ ਰਿਅਲਾਈਜ਼ ਨਹੀਂ ਕਰ ਪਾ ਰਹੇ ਉਹਨਾਂ ਦੇ ਦੂਰ ਹੈ। ਬੁਝੈ ਦੇਖੈ ਕਰੈ ਵਿਵੇਕ। ਬੁਝੈ, ਉਹ ਸਾਰਾ ਕੁਝ ਸਮਝਦਾ ਹੈ, ਪਰਮੇਸ਼ਰ ਜਾਣਦਾ ਹੈ ਸਾਰਾ ਕੁਝ, ਮੇਰੇ ਅੰਦਰ ਦੇ ਸਾਰੇ ਵਲਵਲੇ ਸਮਝਦਾ ਹੈ। ਦੇਖੈ, ਟੇਕ ਕੇਅਰ ਵੀ ਕਰਦਾ ਹੈ, ਸੰਭਾਲ ਵੀ ਕਰਦਾ ਹੈ। ਕਰੈ ਵਿਵੇਕ, ਇੱਕ ਸੂਝ ਦੇ ਨਾਲ ਇੱਕ ਸਿਸਟਮ ਦੇ ਵਿੱਚ ਇਹ ਸਾਰਾ ਕੁਝ ਕਰਦਾ ਹੈ। ਆਪੈ ਏਕ ਆਪੈ ਅਨੇਕ। ਹੁਣ ਇਸ ਗੱਲ ਨੂੰ ਸਤਿਗੁਰੂ ਜੀ ਨੇ ਸੋਲਾ ਬਾਣੀ ਵਿੱਚ ਬਹੁਤ ਸੋਹਣੇ ਢੰਗ ਨਾਲ ਸਮਝਾਇਆ ਹੈ, ਉਹਨੂੰ ਧਿਆਨ ਨਾਲ ਪੜਿਓ ਕਦੀ। ਸਹਿਜ ਤਵ ਨੈਣ ਨਨ ਨੈਣ ਹੈ ਤੋਏ ਕੋ, ਕਹਿੰਦੇ ਉਹਦੀਆਂ ਸੈਂਕੜੇ ਅੱਖਾਂ ਨੇ, 1000 ਆਫ, ਪਰ ਉਹਦੀ ਕੋਈ ਇੱਕ ਪਰਟੀਕੁਲਰ ਅੱਖ ਨਹੀਂ ਹੈ, ਭਾਵ ਉਹ ਸਾਰਿਆਂ ਵਿੱਚ ਮੌਜੂਦ ਹੋ ਕੇ ਤਾਂ ਉਹਨੂੰ ਅਸੀਂ ਸਾਰਿਆਂ ਵਿੱਚੋਂ ਰਿਅਲਾਈਜ਼ ਕਰ ਸਕਦੇ ਹਾਂ, ਸਾਰਿਆਂ ਵਿੱਚੋਂ ਦੇਖ ਸਕਦੇ ਹਾਂ। ਉਹ ਏਕ ਵੀ ਹੈ, ਫਿਰ ਅਨੇਕ ਵੀ ਬਣ ਜਾਂਦਾ ਹੈ, ਆਪੇ ਆਪਣੇ ਬਣਾਏ ਹੋਏ ਨਿਯਮ ਦੇ ਵਿੱਚ, ਭਾਵ ਉਹਨੂੰ ਮੈਂ ਆਪਣੇ ਅੰਦਰੋਂ ਵੀ ਦੇਖ ਸਕਦਾ ਹਾਂ ਅਤੇ ਦੂਜਿਆਂ ਦੇ ਅੰਦਰੋਂ ਵੀ ਦੇਖ ਸਕਦਾ ਹਾਂ। ਇਹ ਧਿਆਨ ਰੱਖਣਾ ਹੈ। ਮਰੈ ਨਾ ਬਿਨਸੈ ਆਵੈ ਨਾ ਜਾਏ। ਹੁਣ ਦੇਖੋ ਉਸ ਪਰਮੇਸ਼ਰ ਬਾਰੇ, ਨਾ ਉਹ ਮਰਦਾ ਹੈ, ਨਾ ਡਿਸਟਰੋਏ ਹੁੰਦਾ ਹੈ, ਨਾ ਨਾਸ਼ ਹੁੰਦਾ ਹੈ, ਨਾ ਟੁੱਟਦਾ ਹੈ, ਨਾ ਆਉਂਦਾ ਹੈ, ਨਾ ਜਾਂਦਾ ਹੈ, ਕਿਉਂਕਿ ਉਹ ਜਨਮ ਨਹੀਂ ਲੈਂਦਾ, ਇਸ ਕਰਕੇ ਮਰਦਾ ਵੀ ਨਹੀਂ ਹੈ। ਉਹਦਾ ਕੋਈ ਫਿਜ਼ੀਕਲ ਸਟਰਕਚਰ ਨਹੀਂ ਹੈ, ਸਰੀਰ ਵਿੱਚ ਨਹੀਂ ਹੈ, ਤੇ ਉਹ ਆਉਂਦਾ ਵੀ ਨਹੀਂ, ਜਾਂਦਾ ਵੀ ਨਹੀਂ, ਭਾਵ ਉਹ ਕ੍ਰੀਏਟ ਹੈ, ਸਾਰਾ ਕੁਝ ਬਣਾ ਕੇ ਉਹਦੇ ਵਿੱਚ ਸਮਾਇਆ ਹੋਇਆ ਹੈ। ਉਹ 24/7 ਅਵੇਲੇਬਲ ਹੈ, ਉਹਦਾ ਆਉਣਾ ਜਾਣਾ ਨਹੀਂ ਹੈ, ਕਦੇ ਆ ਗਿਆ ਕਦੇ ਚਲਾ ਗਿਆ। ਮੇਰੀ ਨਜ਼ਰ ਉਹਨੂੰ ਦੇਖ ਨਹੀਂ ਪਾਉਂਦੀ, ਮੈਂ ਦੂਰ ਸਮਝਦਾ ਹਾਂ ਆਪਣੇ ਔਗਣਾ ਕਰਕੇ, ਤੇ ਜਿਹੜੇ ਗੁਣਾ ਕਰਕੇ ਉਹਨੂੰ ਆਪਣੇ ਅੰਦਰੋਂ ਰਿਅਲਾਈਜ਼ ਕਰ ਲੈਂਦੇ ਹਨ। ਨਾਨਕ,
ਸਦ ਹੀ ਰਹਿਆ ਸਮਾਏ। ਹੁਣ ਨਾਨਕ ਜੀ ਇਸ ਗੱਲ ਨੂੰ ਅੱਗੇ ਹੋਰ ਸਮਝਾਉਣਾ ਕਰਦੇ ਨੇ, ਸਦ ਹੀ ਹਮੇਸ਼ਾ ਰਹਿਆ ਸਮਾਏ, ਉਹ ਹਮੇਸ਼ਾ ਕੰਟੀਨਿਊਸ ਹਰ ਜਗ੍ਹਾ ਹਰ ਵੇਲੇ ਤੇ ਸਮਾਇਆ ਹੋਇਆ ਹੈ। ਆਪ ਉਪਦੇਸ਼ ਸਮਝੈ ਆਪ। ਹੁਣ ਉਹ ਆਪ ਗੁਰੂ ਦੇ ਰਾਹੀਂ ਉਪਦੇਸ਼ ਕਰਦਾ ਹੈ, ਉਹ ਆਪ ਪਰਮੇਸ਼ਰ ਗੁਰੂ ਦੇ ਰਾਹੀਂ ਆਪਣੇ ਬੋਲ ਸਾਰਿਆਂ ਨੂੰ ਦੱਸਦਾ ਹੈ। ਸਮਝੈ ਆਪ, ਪੱਪੇ ਨੂੰ ਫਿਰ ਤਿਆਰੀ ਆ ਆਪਣੇ ਨਿਯਮ ਦੇ ਅੰਦਰ, ਆਪਣੇ ਬਣਾਏ ਹੋਏ ਪ੍ਰੋਗਰਾਮਿੰਗ ਦੇ ਅੰਦਰ। ਕਿਉਂ? ਕਿਉਂਕਿ ਉਹ ਸਾਰਿਆਂ ਵਿੱਚ ਮੌਜੂਦ ਹੈ ਤੇ ਸਾਰਿਆਂ ਵਿੱਚ ਪ੍ਰੈਜੈਂਟ ਹੋ ਕੇ ਉਹ ਆਪ ਸਮਝਦਾ ਵੀ ਹੈ। ਮੀਨਸ ਹੀ ਇਜ਼ ਦ ਓਨਲੀ ਪਰਸਨੈਲਿਟੀ ਹੂਜ਼ ਪਰਵੇਡਿੰਗ ਆਲ ਓਵਰ ਐਵਰੀ ਟਾਈਮ। ਆਪੇ ਰਚਿਆ ਸਭ ਕੈ ਸਾਰ, ਸਾਰਿਆਂ ਦੇ ਨਾਲ ਰਚਿਆ ਹੋਇਆ ਹੈ, ਇੱਕ ਮਿੱਕ ਹੈ। ਆਪ ਕਿਨੋ ਆਪਨ ਵਿਸਥਾਰ, ਵਿਸਥਾਰ ਪਸਾਰਾ, ਡਿਵੈਲਪਮੈਂਟ, ਕ੍ਰੀਏਸ਼ਨ। ਕਹਿੰਦੇ ਨੇ ਉਸ ਪਰਮੇਸ਼ਰ ਨੇ ਆਪਣਾ ਪਸਾਰਾ ਆਪ ਕੀਤਾ ਹੈ, ਹੋਰ ਕੋਈ ਕਰਨ ਵਾਲਾ ਨਹੀਂ ਹੈ, ਦੂਜਾ ਤੀਜਾ ਚੌਥਾ ਨਹੀਂ ਹੈ। ਸਭ ਕੱਚ ਉਸਕਾ ਉਹ ਕਰਨ ਹਾਰ, ਸਾਰਾ ਕੁਝ ਉਹਦਾ ਹੈ, ਸਾਰਾ ਕੁਝ ਉਹਦਾ ਕੀਤਾ ਹੋਇਆ ਹੈ, ਸਾਰਾ ਕੁਝ ਉਹਦਾ ਬਣਾਇਆ ਹੋਇਆ ਹੈ। ਇਹ ਗੱਲ ਸਤਿਗੁਰੂ ਜੀ ਬਾਰ ਬਾਰ ਅਵੇਅਰ ਕਰ ਰਹੇ ਹਨ ਵੀ ਕਦੇ ਮੇਰੇ ਮਨ ਵਿੱਚ ਕਿਤੇ ਹੰਕਾਰ ਨਾ ਆ ਜਾਵੇ, ਈਗੋ ਨਾ ਆ ਜਾਵੇ ਕਿ ਮੈਂ ਕੀਤਾ, ਮੈਂ ਬਣਾਇਆ, ਮੈਂ ਰੁਮਾਲਾ ਚੜਾਇਆ, ਮੈਂ ਅਖੰਡ ਪਾਠ ਕਰਾਏ, ਹੰਕਾਰ ਨਾ ਆ ਜਾਵੇ। ਕਹਿੰਦੇ ਨੇ ਉਸ ਪਰਮੇਸ਼ਰ ਦੇ ਹੁਕਮ, ਉਹਦੀ ਰਜ਼ਾ ਨੂੰ ਸਮਝੋ। ਉਹ ਕਰਾਉਂਦਾ ਹੈ, ਅਸੀਂ ਕਰਦੇ ਹਾਂ। ਉਹ ਸਾਨੂੰ ਸੁਮਤ ਦਿੰਦਾ ਹੈ, ਅਸੀਂ ਸਮਰੱਥ ਹੁੰਦੇ ਹਾਂ। ਉਸ ਤੇ ਪਿੰਨ ਕਹੋ ਕਿਚ ਹੋਏ, ਕਿ ਉਸ ਪਰਮੇਸ਼ਰ ਤੋਂ ਕੋਈ ਵੱਖਰਾ ਵੀ ਹੋ ਸਕਦਾ ਹੈ? ਕੋਈ ਵੱਖਰਾ ਉਹ ਕ੍ਰੀਏਸ਼ਨ ਬਣਾ ਸਕਦਾ ਹੈ, ਕ੍ਰੀਏਟ ਕਰ ਸਕਦਾ ਹੈ? ਨਹੀਂ। ਉਸ ਤੇ ਪਿੰਨ ਕਹੋ ਕਿਚ ਹੋਏ, ਕਹੋ ਆਖੋ ਦੱਸੋ ਵੀ ਉਹਦੇ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਹੈ। ਥਾਨ ਥਨੰਤਰ ਇੱਕ ਐ ਸੋਏ, ਥਾਨ ਜਗ੍ਹਾ ਥਨੰਤਰ ਹਰ ਜਗ੍ਹਾ ਤੇ ਲਗਾਤਾਰ ਕੰਟੀਨਿਊਸਲੀ ਇੱਕ ਐ, ਇੱਕ ਅਕਾਲ ਪੁਰਖ ਆਪ ਮੌਜੂਦ ਹੈ। ਆਪਣੇ ਚਲਿਤ ਆਪ ਕਰਨਾ ਹਾਰ। ਹੁਣ ਦੇਖੋ ਮੋਸਟ ਆਫ ਦਾ ਟਾਈਮ ਯੂ ਵਿਲ ਸੀ ਹੇਅਰ ਆਪ ਪੱਪੇ ਨੂੰ ਸਿਆਰੀ ਨਾਲ ਆ ਰਿਹਾ ਹੈ। ਆਪਣੇ ਚਲਿਤ, ਆਪਣੇ ਪੱਪੇ ਨੂੰ ਔਂਕੜ ਪੜਨੀ ਹੈ, ਆਪਣੇ ਕੌਤਕ, ਆਪਣੇ ਰੰਗ ਢੰਗ ਉਹ ਆਪ ਆਪਣੇ ਬਣਾਏ ਹੋਏ ਇੱਕ ਨਿਯਮ ਦੇ ਵਿੱਚ ਕਰਦਾ ਹੈ। ਜੇ ਤੁਸੀਂ ਉਹਦੇ ਕੌਤਕ ਦੇਖਣੇ ਹੈ, ਉਹਦੇ ਰੰਗ ਦੇਖਣੇ ਹੈ, ਤਾਂ ਉਹਦੀ ਬਣਾਈ ਹੋਈ ਕੁਦਰਤ, ਉਹਦੀ ਕ੍ਰੀਏਸ਼ਨ ਨੂੰ ਕਦੇ ਧਿਆਨ ਨਾਲ ਦੇਖੋ। ਕਿਸੇ ਫੁੱਲ ਨੂੰ, ਕਿਸੇ ਪੇੜ ਨੂੰ, ਕਿਸੇ ਪਸ਼ੂ ਪੰਛੀ ਨੂੰ ਲਗਾਤਾਰ ਕਈ ਦਿਨ ਦੇਖਦੇ ਰਹੋ, ਤੁਹਾਨੂੰ ਉਹਦੇ ਵਿੱਚੋਂ ਉਹ ਪਰਮੇਸ਼ਰ ਨਜ਼ਰ ਆਏਗਾ।
ਉਹਦੇ ਕੋਤਕ ਨਜ਼ਰ ਆਉਣਗੇ। ਕਿਵੇਂ ਬੱਚੇ ਜਨਮ ਲੈਂਦੇ ਨੇ ਪਾਣੀ ਦੇ ਅੰਦਰ, ਪਹਾੜਾਂ ਦੇ ਅੰਦਰ, ਸਮੁੰਦਰ ਦੇ ਅੰਦਰ, ਕਿਵੇਂ ਕਿਸ ਕਮਾਲ ਦੇ ਕੌਤਕ ਕਰੇ ਹਨ ਉਹ ਆਪ ਕਰਦਾ ਹੈ। ਕੌਤਕ ਕਰੇ ਰੰਗ ਅਪਾਰ, ਤੇ ਇਹ ਕੌਤਕ ਇਹ ਮੌਜ ਉਹ ਕਈ ਰੰਗਾਂ ਦੇ ਵਿੱਚ ਕਈ ਢੰਗਾਂ ਦੇ ਨਾਲ ਅਪਾਰ ਬਿਆਨ ਕਰਦਾ ਹੈ। ਦੇਰ ਇਜ਼ ਨੋ ਐਨੀ ਕਾਊਂਟਿੰਗ ਆਫ ਹਿਸ ਕੈਪੇਬਿਲਿਟੀ, ਹਿਸ ਕ੍ਰੀਏਸ਼ਨ, ਕੋਈ ਗਿਣਤੀ ਨਹੀਂ ਕਰ ਸਕਦਾ। ਵੀ ਡੋਂਟ ਕਾਊਂਟ ਦੈਟ, ਕਿਉਂ ਅਪਾਰ ਉਹਦਾ ਪਾਰਲਾ ਬੰਨਾ ਨਹੀਂ ਹੈ। ਮਨ ਮੈਂ ਆਪ, ਮਨ ਆਪਣੇ ਮਾਹੇ, ਮਨ ਮੈਂ ਆਪ, ਉਹ ਸਾਰਿਆਂ ਦੇ ਮਨਾਂ ਦੇ ਵਿੱਚ ਆਪ ਵਸਦਾ ਹੈ, ਸਾਰਿਆਂ ਦੇ ਸਰੀਰਾਂ ਵਿੱਚ ਉਹ ਆਪ ਰਹਿੰਦਾ ਹੈ। ਮਨ ਆਪਣੇ ਮਾਹੇ, ਆਪਣੇ ਆਪ ਵਿੱਚ ਹੀ ਸਮਾਇਆ ਹੋਇਆ, ਮੇਰੇ ਮਨ ਵਿੱਚ ਹੀ ਸਮਾਇਆ ਹੋਇਆ ਹੈ। ਨਾਨਕ ਕੀਮਤ ਕਹਿਣ ਨਾ ਜਾਏ, ਕੀਮਤ ਦਾ ਪ੍ਰਾਈਜ਼ ਉਹਦਾ ਮੁੱਲ ਨਹੀਂ ਪਾ ਸਕਦੇ। ਵੀ ਕਾਂਟ ਬਾਏ ਦਾ ਗਾਡ, ਹਿਸ ਕ੍ਰੀਏਸ਼ਨ, ਹਿਸ ਐਟਰੀਬਿਊਟ ਬਾਏ ਦਾ ਮਨੀ, ਵੀ ਵੋਂਟ ਬਾਏ ਦੈਟ, ਕਿਉਂਕਿ ਉਹਦੀ ਕੀਮਤ ਨਹੀਂ ਹੈ, ਅਨਵੈਲਿਊਬਲ ਹੈ। ਵੀ ਕੈਨ ਰਿਲਾਈਜ਼, ਵੀ ਕੈਨ ਅਚੀਵ, ਬਟ ਨਾਟ ਵਿਦ ਦਾ ਮਨੀ। ਜਪਜੀ ਸਾਹਿਬ ਆਈ ਥਿੰਕ 25th ਪੌੜੀ, ਅਮੁੱਲ ਅਮੁੱਲ ਗੁਣ ਅਮੁੱਲ ਵਪਾਰ, ਉਹ ਸਾਰੀ ਪੌੜੀ ਇਹੀ ਗੱਲ ਸਤਿਗੁਰੂ ਜੀ ਨੇ ਸਮਝਾਈ ਹੈ। ਉਹਦੀ ਹਰ ਚੀਜ਼ ਅਨਵੈਲਿਊਬਲ ਹੈ। ਸਤ 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 ਪ੍ਰਭ ਸੁਆਮੀ, ਪ੍ਰਭ ਸੁਆਮੀ ਉਹ ਪਰਮੇਸ਼ਰ ਜੋ ਮਾਲਕ ਹੈ ਸਾਰਿਆਂ ਦਾ। ਦੇਖੋ ਸਤਿਗੁਰੂ ਜੀ ਨੇ 3 ਵਾਰੀ ਸਤ ਕਿਹਾ ਹੈ, ਸੱਚ ਸੱਚ ਸੱਚ। ਸਤਿਗੁਰੂ ਜੀ ਜਾਣਦੇ ਨੇ ਕਿ ਅਸੀਂ ਭੁੱਲਣਹਾਰ ਹਾਂ, ਅਸੀਂ ਭੁੱਲ ਜਾਂਦੇ ਹਾਂ, ਤੇ ਇਸ ਕਰਕੇ ਬਾਰ ਬਾਰ ਰਿਪੀਟ ਕਰਦੇ ਨੇ, 2 ਵਾਰੀ, 3 ਵਾਰੀ, ਇਸ ਤੋਂ ਵੀ ਜ਼ਿਆਦਾ ਵਾਰੀ। ਅਸੀਂ ਘਰ ਦੇ ਵਿੱਚ ਬੱਚਿਆਂ ਨੂੰ ਜਦੋਂ ਕੋਈ ਗੱਲ ਕਹਿਣੀ ਹੁੰਦੀ ਹੈ, ਪੱਕੀ ਕਰਾਣੀ ਹੁੰਦੀ ਹੈ ਨਾ, 2-3 ਵਾਰੀ ਕਹਿੰਦੇ ਹਾਂ ਤਾਂ ਕਿ ਬੱਚਾ ਭੁੱਲ ਨਾ ਜਾਏ। ਤੇ ਸਤਿਗੁਰੂ ਸਾਨੂੰ ਇਸੇ ਤਰ੍ਹਾਂ ਅਵੇਅਰ ਕਰ ਰਹੇ ਨੇ ਵੀ ਉਹ ਪਰਮੇਸ਼ਰ ਜੋ ਹੈ, ਉਹ ਮੇਰਾ ਮਾਲਕ ਜੋ ਹੈ, ਨਿਰੋਲ ਸੱਚ ਹੈ, ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਿੰਨੀ ਵਾਰੀ ਪੜ੍ਹਦੇ ਹਾਂ, ਗੁਰ ਪ੍ਰਸਾਦ ਕਹਿੰਦੇ ਵਖਿਆਨੀ, ਵਖਿਆਨੀ ਬਿਆਨ ਕਰਨਾ, ਐਕਸਪਲੇਨ ਕਰਨਾ, ਇਹਨੂੰ ਐਕਸਪਲੇਨ ਕਿਵੇਂ ਕਰ ਸਕਦੇ ਹਾਂ, ਸ਼ਬਦਾਂ ਵਿੱਚ ਨਹੀਂ ਬਣ ਸਕਦੇ, ਅੱਖਰਾਂ ਵਿੱਚ ਨਹੀਂ ਬਣ ਸਕਦੇ, ਪਰ ਸਤਿਗੁਰੂ ਕਹਿੰਦੇ ਨੇ ਵਟ ਟੂ ਡੂ, ਸਾਡੇ ਕੋਲ ਅੱਖਰ ਹੀ ਨੇ ਤੈਨੂੰ ਕਹਿਣ ਵਾਸਤੇ। ਫਿਰ ਜਪਜੀ ਸਾਹਿਬ ਦੀ ਬਾਣੀ ਵਿੱਚ ਜਾਓ, ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ, ਗੁਣਗਾ, ਦੀਸ ਵਰਡ ਆਰ ਓਨਲੀ ਸੋਲੂਸ਼ਨ ਟੂ ਐਕਸਪਲੇਨ ਦੈਮ। ਉਹਦੀ ਸਿਫਤ ਲਾ ਕਰਨ ਵਾਸਤੇ ਅੱਖਰਾਂ ਰਾਹੀਂ ਉਹਨੂੰ ਯਾਦ ਕਰਨਾ ਹੈ, ਉਹਦੇ ਗੁਣਾਂ ਦੇ ਰਾਹੀਂ ਯਾਦ ਕਰਨਾ ਹੈ। ਤੇ ਇਹ ਅੱਖਰ, ਇਹ ਸਮਝ, ਇਹ ਸ਼ਬਦ ਕਿਵੇਂ ਮਿਲਦੇ ਨੇ? ਗੁਰ ਪ੍ਰਸਾਦ, ਗੁਰੂ ਦੀ ਸਿੱਖਿਆ ਦੇ ਰਾਹੀਂ, ਗੁਰੂ ਦੇ ਲੈਸਨ ਦੇ ਰਾਹੀਂ, ਅਸੀਂ ਅੱਖਰਾਂ ਰਾਹੀਂ
ਉਹਦੀ ਸਿਫਤ ਨਾ ਕਰ ਸਕਦੇ ਹਾਂ, ਉਹਦੇ ਬਾਰੇ ਗੱਲਾਂ ਕਰ ਸਕਦੇ ਹਾਂ, ਹਾਊ ਵੀ ਆਰ ਡੂਇੰਗ ਨਾਓ ਦਿਸ ਟਾਈਮ ਐਟ ਪ੍ਰੈਜੈਂਟ ਟਾਈਮ। ਅਸੀਂ ਬਾਣੀ ਦੇ ਰਾਹੀਂ, ਗੁਰੂ ਦੀ ਬਾਣੀ ਦੇ ਰਾਹੀਂ ਉਹਦੀਆਂ ਗੱਲਾਂ ਕਰ ਰਹੇ ਹਾਂ। ਸੱਚ 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 ਸਭ ਕੀ ਨਾਮ, ਜੋ ਕੁਛ ਪਰਮੇਸ਼ਰ ਨੇ ਕੀਤਾ ਹੈ ਨਿਰੋਲ ਸੱਚ ਹੈ, ਉਹ ਆਪ ਵੀ ਸੱਚਾ ਹੈ, ਉਹਦਾ ਬਣਾਇਆ ਹੋਇਆ ਹਰ ਚੀਜ਼ ਸੱਚੀ ਹੈ। ਔਰ ਤਿੰਨ ਵਾਰੀ ਸੱਚ ਸੱਚ ਸੱਚ, ਉਹ ਆਪ ਸੱਚਾ ਹੈ, ਉਹਦੀ ਬਣਾਈ ਹੋਈ ਚੀਜ਼ ਸਾਰੀ ਸੱਚੀ ਹੈ। ਕੋਟ ਮਧੇ ਕਿਨ ਬਿਰਲਾ ਤੀਨਾ, ਕੁਰੜਾਂ ਵਿੱਚੋਂ ਕੋਈ ਇਹ ਗੱਲ ਪਛਾਣ ਲੈਂਦਾ। ਹੁਣ ਪਹਿਲਾਂ ਕਿਹਾ ਸੀ ਗੁਰੂ ਦੇ ਰਾਹੀਂ ਅਸੀਂ ਉਸ ਨੂੰ ਪਛਾਣਦੇ ਹਾਂ, ਭਾਵ ਜਿਹੜਾ ਗੁਰੂ ਦੀ ਬਾਣੀ ਸ਼ਬਦ ਦੇ ਰਾਹੀਂ ਉਹਦੀ ਸਿੱਖਿਆ ਲੈਤਨ ਦੇ ਰਾਹੀਂ ਉਸ ਪਰਮੇਸ਼ਰ ਨੂੰ ਪਛਾਣ ਲੈਂਦਾ ਹੈ, ਜਾਣ ਲੈਂਦਾ ਹੈ, ਉਹ ਹਜ਼ਾਰਾਂ ਵਿੱਚੋਂ ਇੱਕ ਵਿਰਲਾ ਬਣ ਜਾਂਦਾ ਹੈ। ਹੁਣ ਦੇਖੋ ਟੀਚਰ ਕਲਾਸ ਦੇ ਅੰਦਰ 40 ਬੱਚਿਆਂ ਨੂੰ ਪੜ੍ਹਾਉਂਦਾ ਹੈ, ਪਰ ਸਾਰੇ 90% ਮਾਰਕ ਨਹੀਂ ਲੈ ਸਕਦੇ। ਜਿਹੜਾ 99% ਲੈਂਦਾ ਹੈ, ਕੋਈ 90% ਲੈਂਦਾ ਹੈ, ਤਾਂ ਵਿਰਲਾ ਕਿਹੜਾ ਬਣੇਗਾ? ਜਿਹੜਾ ਟਾਪ ਮੋਸਟ ਹੋਏਗਾ। ਤਾਂ ਗੁਰੂ ਦੀ ਸਿੱਖਿਆ ਦੇ ਨਾਲ ਅਸੀਂ ਉਸ ਪਰਮੇਸ਼ਰ ਦੀਆਂ ਗੱਲਾਂ ਕਰ ਸਕਦੇ ਹਾਂ ਤੇ ਵਿਰਲੇ ਬਣ ਸਕਦੇ ਹਾਂ। ਭਲਾ 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 ਤੇਰਾ ਰੂਪ। ਹੁਣ ਪਰਮੇਸ਼ਰ ਕਿਹੋ ਜਿਹਾ ਹੈ? ਉਹਦਾ ਰੂਪ, ਉਹਦੀ ਬਣਤਰ ਅਸੀਂ ਉਹਨੂੰ ਦੇਖ ਨਹੀਂ ਸਕਦੇ ਅੱਖਾਂ ਦੇ ਨਾਲ, ਬਟ ਵੀ ਕੈਨ ਰਿਅਲਾਈਜ਼। ਦੇਖੋ ਹਵਾ, ਦਾ ਏਅਰ, ਵੀ ਵੋਂਟ ਸੀ ਦਾ ਏਅਰ, ਪਰ ਹਵਾ ਠੰਡੀ ਹੈ ਕਿ ਗਰਮ ਹੈ, ਵੀ ਕੈਨ ਰਿਅਲਾਈਜ਼, ਮਹਿਸੂਸ ਕਰ ਸਕਦੇ ਹਾਂ। ਬਿਲਕੁਲ ਇਸੇ ਤਰ੍ਹਾਂ ਉਹ ਪਰਮੇਸ਼ਰ ਭਲਾ ਹੈ, ਭਲਾ ਹੈ, ਭਲਾ, ਚੰਗਾ ਹੈ, ਆਲ ਓਵਰ ਉਹ ਚੰਗਾ ਹੈ, ਸੋਹਣਾ ਹੈ। ਤਾਂ ਅਸੀਂ ਉਹਨੂੰ ਉਹਦੀ ਬਣਾਈ ਹੋਈ ਕ੍ਰੀਏਸ਼ਨ ਤੋਂ ਉਹਨੂੰ ਦੇਖ ਸਕਦੇ ਹਾਂ, ਉਹਦੇ ਗੁਣਾਂ, ਉਹਦੀਆਂ ਚੰਗਿਆਈਆਂ, ਉਹਦੇ ਐਟਰੀਬਿਊਟ ਤੋਂ ਅਸੀਂ ਉਹਨੂੰ ਰਿਅਲਾਈਜ਼ ਕਰ ਸਕਦੇ ਹਾਂ। ਅਤ ਸੁੰਦਰ ਉਹਦੀ ਵਾਹ ਕਰਨੀ ਹੈ। ਬਾਣੀ
ਪਰਮੇਸ਼ਰ ਨਾਲ ਪ੍ਰੀਤ ਬਣ ਜਾਂਦੀ ਹੈ, ਉਹ ਪਵਿੱਤਰ ਹੋ ਜਾਂਦਾ ਹੈ, ਜਿਵੇਂ ਪਰਮੇਸ਼ਰ ਆਪ ਨਿਰਮਲ ਹੈ, ਆਪ ਭਲਾ ਹੈ, ਪੁਨੀਤ ਹੈ, ਤੇ ਉਹਦਾ ਨਾਮ ਜਪਣ ਵਾਲਾ ਵੀ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਪਾਕ ਪਵਿੱਤਰ ਨਿਰਮਲ ਭਲਾ ਸੋਹਣਾ ਬਣ ਜਾਂਦਾ ਹੈ। ਇਸ ਤੋਂ ਅੱਗੇ ਅੱਜ ਅਸੀਂ ਜਿਹੜੀ ਅਗਲੀ ਅਸ਼ਟਪਦੀ ਹੈ ਨੰਬਰ 13, ਇਸ ਦਾ ਆਰੰਭ ਕਰਾਂਗੇ, ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਹੈ ਅੱਜ ਦਾ ਵਿਸ਼ਾ ਬਹੁਤ ਡੂੰਘਾ ਹੈ। ਸੰਤ ਸ਼ਬਦ, ਨਿੰਦਾ ਤੇ ਅਵਤਾਰ, ਦੀਸ ਥ੍ਰੀ ਵਰਡ ਆਰ ਮੋਰ ਇੰਪੋਰਟੈਂਟ। ਮੈਂ ਇਹਦੀ ਵਰਡ ਮੀਨਿੰਗ ਕਰ ਚੁੱਕਾ ਹਾਂ ਤੇ ਕਈ ਵੀਰ ਲੇਟ ਆਏ ਹਨ, ਮੈਂ ਉਹਨਾਂ ਨਾਲ ਸ਼ੇਅਰ ਕਰਦਾ ਹਾਂ। ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ। ਜਿਹੜਾ ਸੰਤ ਦੀ ਸੰਗਤ ਸ਼ਰਨ ਕਲਾਸ ਵਿੱਚ ਆ ਜਾਂਦਾ ਹੈ ਉਹ ਜਨ ਕੈਪੇਬਲ ਹੋ ਜਾਂਦਾ ਹੈ ਵਿਕਾਰਾਂ ਤੋਂ ਉੱਪਰ ਉੱਠਣ ਲਈ, ਉਹ ਮੁਕਤੀ ਪ੍ਰਾਪਤ ਕਰ ਸਕਦਾ ਹੈ, ਕੈਪੇਬਲ ਬਣ ਜਾਂਦਾ ਹੈ। ਸੰਤ ਕੇ ਨਿੰਦਾ ਨਾਨਕਾ, ਨਾਨਕ ਜੀ ਆਖਦੇ ਨੇ ਸੰਤ ਦੀ ਨਿੰਦਾ ਉਹ ਮਨੁੱਖ ਨੂੰ ਰੋਜ਼ ਦੇ ਜਨਮ ਮਰਨ ਵਿੱਚ ਪਾਈ ਰੱਖਦੀ ਹੈ। ਤਾਂ ਇਹਨੂੰ ਅਸੀਂ ਤਿੰਨ ਵਰਡ ਸੰਤ, ਨਿੰਦਾ ਤੇ ਅਵਤਾਰ, ਇਹਨੂੰ ਅਗਲੇ ਹਫਤੇ ਲੈਣਾ ਹੈ। ਤਾਂ ਇਸ ਅਸ਼ਟਪਦੀ ਦਾ ਪਹਿਲਾ ਪੜਾਅ ਸ਼ੁਰੂ ਕਰਕੇ ਇਹਨਾਂ ਬਾਰੇ ਕੁਝ ਸ਼ੁਰੂਆਤ ਕਰਦੇ ਹਾਂ। ਅਸ਼ਟਪਦੀ, ਸੰਤ ਕੈ ਦੁਖੰ ਆਰਜ਼ਾ ਕਟੈ। ਆਰਜ਼ਾ ਉਮਰ, ਦੁਖਨ ਕਹਿੰਦੇ ਨੇ ਨਿੰਦਿਆ ਕਰਨ ਨਾਲ, ਸੰਤ ਕੈ ਦੁਖਨ ਸੰਤ ਦੀ ਨਿੰਦਿਆ ਕਰਨ ਨਾਲ ਉਮਰ ਘੱਟ ਜਾਂਦੀ ਹੈ। ਹੁਣ ਇਹ ਬੜਾ ਡੂੰਘਾ ਵਿਸ਼ਾ ਹੈ, ਆਖਰੀ ਅਰਥ ਤਾਂ ਇਹੀ ਬਣ ਗਏ। ਹੁਣ ਪਰਮੇਸ਼ਰ ਦੇ ਹੁਕਮ ਵਿੱਚ ਨਾ ਸਾਡੀ ਉਮਰ ਵੱਧ ਸਕਦੀ ਹੈ ਨਾ ਘੱਟ ਸਕਦੀ ਹੈ। ਵੀ ਵੋਂਟ ਡੂ ਦੈਟ। ਤਾਂ ਇਹ ਕਿਹੜੀ ਗੱਲ ਹੋ ਰਹੀ ਹੈ, ਇਹਨੂੰ ਹੋਰ ਅੱਗੇ ਜਾ ਕੇ ਕਲੈਰੀਫਾਈ ਕਰਾਂਗੇ। ਸੰਤ ਕੈ ਦੁੱਖ ਜਮ ਤੇ ਨਹੀਂ ਛੁਟੈ। ਜਿਹੜਾ ਸੰਤ ਦੀ ਨਿੰਦਿਆ ਕਰਦਾ ਹੈ ਉਹ ਜਮਾਂ ਤੋਂ ਵਿਕਾਰਾਂ ਤੋਂ ਛੁੱਟ ਨਹੀਂ ਸਕਦਾ। ਸੰਤ ਕੈ ਦੁੱਖ ਸੁੱਖ ਸਭ ਜਾਏ। ਸੰਤ ਦੀ ਨਿੰਦਿਆ ਕਰਨ ਵਾਲਾ ਉਹਦੀ ਨਿੰਦਿਆ ਦੇ ਰਾਹੀਂ ਮਨੁੱਖ ਦੇ ਸਾਰੇ ਸੁੱਖ ਚਲੇ ਜਾਂਦੇ ਹਨ, ਸੁੱਖ ਦੂਰ ਹੋ ਜਾਂਦੇ ਹਨ। ਸੰਤ ਕੈ ਦੁੱਖ ਨਰਕ ਮੈਂ ਪਾਏ। ਹੁਣ ਨਰਕ ਸਵਰਗ ਦਾ ਜਿਹੜਾ ਸਬਜੈਕਟ ਹੈ ਉਹ ਅਸੀਂ ਪਿਛਲੇ ਦੋ ਸੈਮੀਨਾਰ ਦੇ ਵਿੱਚ, ਦੋ ਜ਼ੂਮ ਦੇ ਵਿੱਚ ਕਰ ਚੁੱਕੇ ਹਾਂ। ਜਿਹਨੇ ਨਹੀਂ ਅਟੈਂਡ ਕੀਤਾ, ਯੂ ਕੈਨ ਲੁੱਕ ਐਟ ਦਾ ਬਿਹਾਈਂਡ 14 ਐਂਡ ਅਦਰ ਸਮ ਮੋਰ ਜ਼ੂਮ ਸੈਸ਼ਨ ਰਿਕਾਰਡਿੰਗ ਮੌਜੂਦ ਹੈ ਯੂਟਿਊਬ ਚੈਨਲ ਤੇ। ਆਓ ਸੰਖੇਪ ਵਿੱਚ ਇਹਨੂੰ ਸਮਝਣ ਦਾ ਯਤਨ ਕਰਾਂਗੇ। ਸੰਤ ਸ਼ਬਦ ਗੁਰਬਾਣੀ ਵਿੱਚ ਕਿਸ ਰੈਫਰੈਂਸ ਵਿੱਚ ਆਇਆ ਹੈ? ਸਭ ਤੋਂ ਪਹਿਲਾਂ ਸੰਗਤ ਵਾਸਤੇ ਵੀ ਆਇਆ ਹੈ,
ਗੁਰੂ ਵਾਸਤੇ ਵੀ ਆਇਆ ਹੈ ਤੇ ਪਰਮੇਸ਼ਰ ਵਾਸਤੇ ਵੀ ਆਇਆ। ਦੈਟ ਵੀ ਵਿਲ ਟ੍ਰਾਈ ਟੂ ਮੇਕ ਅੰਡਰਸਟੈਂਡ ਥਰੂ ਗੁਰਬਾਣੀ ਇਨ ਦਾ ਨੈਕਸਟ ਸੈਸ਼ਨ ਡਿਟੇਲ। ਹੁਣ ਇੱਥੇ ਹਿਸਟੋਰੀਕਲ ਤੌਰ ਤੇ ਸਮਝਾਂਗੇ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ, ਇਫ ਯੂ ਹੈਵ ਐਨੀ ਪੁਆਇੰਟ ਪਲੱਸ ਮਾਈਨਸ ਯੂ ਹੈਵ ਟੂ ਸੈਂਡ ਇਟ ਟੂ ਮੀ ਔਨ ਵਟਸਐਪ ਔਰ ਨੈਕਸਟ ਟਾਈਮ ਯੂ ਹੈਵ ਟੂ ਸ਼ੇਅਰ। ਜਿਹਦੇ ਕੋਲ ਇਸ ਤੋਂ ਜ਼ਿਆਦਾ ਕੋਈ ਨੌਲੇਜ ਕੋਈ ਪੁਆਇੰਟ ਹੋਵੇ ਤਾਂ ਆਪਣੇ ਸਾਰਿਆਂ ਨੇ ਜਿੰਨੇ ਵੀ ਬੈਠੇ ਹੋ ਸ਼ੇਅਰ ਕਰਨਾ ਹੈ। ਹੁਣ ਇੱਕ ਸਵਾਲ ਵੀ ਹੈ ਤੇ ਅੰਡਰਸਟੈਂਡਿੰਗ ਵੀ ਹੈ। 1469 ਦਾ ਡੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਬਰਥ ਹੋਇਆ। 1708 ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਹਨਾਂ ਦੀ ਦੇਹ ਦਾ ਅੰਤ ਹੋਇਆ, ਉਹ ਸਰੀਰ ਛੱਡ ਗਏ। ਇਟ ਇਜ 240 ਈਅਰ। ਹੁਣ ਸਾਰੇ ਗੱਲ ਬੜੇ ਧਿਆਨ ਨਾਲ ਸੁਣਨਾ, ਬੜਾ ਸੈਂਸਿਟਿਵ ਸਬਜੈਕਟ ਹੈ। 240 ਸਾਲ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ, 240 ਈਅਰ, ਬੜੇ ਹਜ਼ਾਰਾਂ ਸਿੱਖ ਗੁਰੂ ਕੇ ਪਿਆਰੇ ਸ਼ਹੀਦੀਆਂ ਪਾਉਣ ਵਾਲੇ ਹੋਏ ਹਨ। ਪਰ ਇਨ 240 ਈਅਰ ਤੁਹਾਨੂੰ ਕਿਸੇ ਦੇ ਨਾਮ ਦੇ ਨਾਲ ਸੰਤ ਸ਼ਬਦ ਲੱਗਾ ਨਜ਼ਰ ਨਹੀਂ ਆਵੇਗਾ। ਮੋਸਟਲੀ ਟੂ ਵਰਡ ਯੂਜ ਬਾਈ ਦਾ ਗੁਰੂ ਔਰ ਗੁਰਬਾਣੀ ਔਰ ਹਿਸਟਰੀ, ਭਾਈ ਭਾਈ ਮਨੀ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਬੋਤਾ ਸਿੰਘ ਜੀ, ਸੋ ਐਂਡ ਸੋ, ਸੋ ਐਂਡ ਸੋ। ਜਾਂ ਕਿਤੇ ਬਾਬਾ ਸ਼ਬਦ ਆਇਆ ਹੈ, ਬਾਬਾ ਬੁੱਢਾ ਜੀ ਜਿਵੇਂ, ਪਰ ਮੋਸਟਲੀ ਭਾਈ ਸ਼ਬਦ ਆਇਆ ਹੈ। ਨਾਟ ਏ ਸਿੰਗਲ ਪਰਸਨ ਹੈਵ ਏ ਸੰਤ ਵਰਡ ਵਿਦ ਦੈਟ ਐਨੀ ਆਫ ਦਾ ਪਰਸਨੈਲਿਟੀ ਇਨ 240 ਈਅਰ। ਇਹ ਲਿਖ ਲਓ, ਨੋਟ ਕਰ ਲਓ, ਯੂ ਹੈਵ ਟੂ ਫਾਇੰਡ ਆਊਟ ਮੋਰ। ਨੈਕਸਟ ਪੁਆਇੰਟ, 1708 ਤੋਂ ਲੈ ਕੇ 1850 ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਦਾ ਬਿਫੋਰ ਦੈਟ ਟਾਈਮ ਥਾਊਜੈਂਡ ਆਫ ਸਿੱਖ ਮਾਰਟੀਅਰ ਤੇ ਮਹਾਂਪੁਰਸ਼ ਹੋਏ ਹਨ, ਸਕਾਲਰ ਹੋਏ ਹਨ, ਵਿਦਵਾਨ ਹੋਏ ਹਨ। ਕਿਸੇ ਨੇ ਆਪਣੇ ਨਾਮ ਦੇ ਨਾਲ ਸੰਤ ਸ਼ਬਦ ਨਹੀਂ ਵਰਤਿਆ ਹੈ ਤਾਂ ਯੂ ਕੈਨ ਸੇ 150 ਈਅਰਸ ਮੋਰ, 240 ਐਂਡ 370 ਈਅਰਸ ਆਲਮੋਸਟ ਨੋ ਵਨ ਯੂਜ ਦਿਸ ਵਰਡ। ਹੁਣ ਆਓ, 1850 ਤੋਂ 1900 ਤੱਕ ਵੀ ਕੋਈ ਸੰਤ ਸ਼ਬਦ ਨਜ਼ਰ ਨਹੀਂ ਆਉਂਦਾ ਅਬਾਊਟ। ਇਹ ਸੰਤ ਸ਼ਬਦ ਕਿੰਨੇ ਸ਼ੁਰੂ ਕੀਤਾ, ਆਪਣੇ ਨਾਮ ਨਾਲ ਲਗਾਉਣਾ, ਕਿਸ ਨੇ ਸਭ ਤੋਂ ਪਹਿਲਾਂ ਇਹਦੀ ਦੁਰਵਰਤੋਂ ਕੀਤੀ, ਵਰਤੋਂ ਨਹੀਂ ਦੁਰਵਰਤੋਂ ਕਵਾਂਗਾ, ਇਹ ਮੈਂ ਆਪਦੇ ਨਾਲ ਅਗਲੇ ਹਫਤੇ ਸ਼ੇਅਰ ਕਰਾਂਗਾ। ਤੇ ਤੁਸੀਂ ਵੀ ਲੱਭਣਾ ਹੈ ਸਾਰੀ ਹਿਸਟਰੀ ਫਰੋਲ ਕੇ, ਲੋਕਾਂ ਨੂੰ ਪੁੱਛ ਪੁੱਛ ਕੇ, ਸਕਾਲਰ ਨਾਲ ਗੱਲਾਂ ਕਰਕੇ ਵੀ ਇਹ ਸ਼ਬਦ ਕਦੋਂ ਸ਼ੁਰੂ ਹੋਇਆ ਹੈ। ਮੈਂ 3-4 ਪ੍ਰਮਾਣ ਲੈ ਕੇ ਆਪਦੇ ਨਾਲ ਇਸ ਵਿਸ਼ੇ ਦੀ ਸਮਾਪਤੀ ਕਰਾਂਗਾ ਤੇ ਇਸ ਵਿਸ਼ੇ ਤੇ
ਟੂ ਦਾ ਬਰੀਫ, ਟੂ ਦਾ ਪੁਆਇੰਟ, ਗੁਰਬਾਣੀ ਬੇਸ ਤੇ ਕੋਈ ਕਹਿਣਾ ਚਾਹਵੇ, ਦੇ ਆਰ ਵੈਲਕਮ। ਅਗਲੇ ਹਫਤੇ ਅਗੇਨ ਭਾਈ ਵਰਿੰਦਰ ਪਾਲ ਸਿੰਘ ਜੀ, ਇਸ ਜਿਹੜੇ ਬੜੇ ਵਿਦਵਾਨ ਹਨ ਗੁਰਬਾਣੀ ਦੇ, ਉਹ ਇਸ ਵਿਸ਼ੇ ਤੇ ਆਪ ਜੀ ਨਾਲ ਖੁੱਲ ਕੇ ਚਾਨਣ ਪਾਉਣਗੇ। ਮੇਰੇ ਇਸ ਮੈਂ ਦੇਖ ਰਿਹਾ ਹਾਂ ਕਈ ਵੀਰ ਭੈਣ ਹੋਰ ਡਾਕਟਰ ਸਰਬਜੀਤ ਸਿੰਘ ਜੀ ਬੈਠੇ ਹਨ, ਇੱਕ ਭੈਣ ਵਿੰਦਰੀ ਸੂਰੀ ਵੀ ਮੈਨੂੰ ਨਜ਼ਰ ਆਏ ਸੀ। ਤਾਂ ਹਾਂਜੀ ਭੈਣ ਜੀ, ਤੁਹਾਨੂੰ ਵੀ ਬੇਨਤੀ ਹੈ ਆਪ ਜੀ ਨੇ ਅਗਲੇ ਹਫਤੇ ਇਸ ਵਰਡ ਸੰਤ ਦੇ ਉੱਪਰ, ਨਿੰਦਾ ਦੇ ਉੱਪਰ, ਅਵਤਾਰ ਸ਼ਬਦ ਦੇ ਉੱਪਰ, ਗੁਰਬਾਣੀ ਦੇ ਰਾਹੀਂ ਸਾਰਿਆਂ ਨੇ ਪ੍ਰਿਪਰੇਸ਼ਨ ਕਰਨੀ ਹੈ। ਸਾਰੀ ਸੰਗਤ, ਤੁਸੀਂ ਸਾਰੇ ਪਾਰਟਿਸਪੈਂਟ ਨੇ ਵੀ 5-5 ਮਿੰਟ ਲਾਉਣੇ ਹਨ, ਸਵਾਲ ਜਵਾਬ ਕਰਨੇ ਹਨ। ਪਰ ਬਹੁਤਾ ਟਾਈਮ ਮੈਂ ਨਵੇਂ ਬੁਲਾਰਿਆਂ ਨੂੰ, ਨਵੇਂ ਸਕਾਲਰਸ ਨੂੰ ਜਿਹੜੇ ਸਾਡੇ ਵਿੱਚ ਮੌਜੂਦ ਹਨ, ਮੈਂ ਤਿੰਨਾਂ ਦੇ ਨਾਂ ਲਏ ਹਨ, ਤਾਂ ਉਹ ਸਾਰਿਆਂ ਨੂੰ ਬੇਨਤੀ ਹੈ ਆਪ ਜੀ ਨੇ ਅਗਲੇ ਬੁੱਧਵਾਰ ਇਸ ਵਿਸ਼ੇ ਤੇ ਚਾਨਣਾ ਪਾਉਣਾ ਹੈ। ਇਹ 2-3 ਪੰਕਤੀਆਂ ਲੈ ਕੇ ਮੈਂ ਇਸ ਅੱਜ ਦੇ ਵਿਸ਼ੇ ਨੂੰ ਸਮਾਪਤ ਕਰਾਂਗਾ। ਸੰਤ ਸ਼ਰਨ ਜੋ ਜਨ ਪਰੈ, ਇਹ ਸ਼ਲੋਕ ਜੋ ਅੱਜ ਦਾ ਸੀ, ਅਸੀਂ ਇਸ ਬਾਰੇ ਥੋੜੀ ਵਿਚਾਰ ਕਰਾਂਗੇ। ਭਾਈ ਰੇ ਸੰਤ ਜਨਾ ਕੀ ਰੇ, ਸੰਤ ਸਭਾ ਗੁਰ ਪਾਈ ਐ, ਮੁਕਤ ਪਦਾਰਥ ਤੇ ਅੰਕ 18 ਗੁਰੂ ਗ੍ਰੰਥ ਸਾਹਿਬ ਜੀ। ਇੱਥੇ ਦੋਨੋ ਵਰਡ ਸੰਤ ਪਲੂਰਲ ਆਏ ਹਨ, ਬਹੁਵਚਨ ਆਏ ਹਨ, ਸੰਗਤ ਵਾਸਤੇ ਆਏ ਹਨ। ਇਹਦੇ ਮੀਨਿੰਗ ਆਪ ਪੜ੍ਹ ਸਕਦੇ ਹੋ। ਦਿਸ ਵਰਡ ਇਜ਼ ਨਾਟ ਯੂਜ ਫਾਰ ਐਨੀ ਪਰਟੀਕੁਲਰ ਪਰਸਨ ਆਰ ਦਾ ਪਰਸਨੈਲਿਟੀ। ਇਹ ਅੱਖਰ ਕਿਸੇ ਇੱਕ ਵਿਅਕਤੀ, ਇੱਕ ਸੋ ਕਾਲਡ ਮਹਾਂਪੁਰਸ਼ ਵਾਸਤੇ ਬਿਲਕੁਲ ਨਹੀਂ ਵਰਤਿਆ ਗਿਆ ਹੈ, ਸੰਗਤ ਵਾਸਤੇ ਆ ਰਿਹਾ ਹੈ। ਬਹੁਵਚਨ ਹੈ, ਪਲੂਰਲ ਹੈ। ਹੋਰ ਐਗਜ਼ਾਮਪਲ, ਨੈਕਸਟ ਵਨ। ਭਾਈ ਰੇ ਇੱਕ ਮਨ ਨਾਮ ਤੇ ਆਏ, ਇਕਾਗਰ ਹੋ ਕੇ ਪਰਮੇਸ਼ਰ ਦੇ ਨਾਮ ਵੱਲ ਧਿਆਨ ਕਰਨਾ ਹੈ। ਸੰਤਾਂ ਸੰਗਤ ਮਿਲ ਹੈ, ਜਪ ਰਾਮ ਨਾਮ ਸੁਖ ਪਾਏ। ਸੰਤਾਂ, ਇਹ ਵੀ ਬਹੁਵਚਨ ਹੈ। ਰੱਬ ਦਾ ਨਾਮ ਜਪਣ ਵਾਲਿਆਂ ਦੀ ਸੰਗਤ ਦੇ ਵਿੱਚ, ਉਹਨਾਂ ਦੇ ਨਾਲ ਮਿਲ ਕੇ ਬੈਠ ਕੇ ਜਪ ਰਾਮ ਨਾਮ, ਪਰਮੇਸ਼ਰ ਦੇ ਗੁਣ ਨਾਮ ਜਪਣੇ ਹਨ, ਸੁਖ ਪਾਏ, ਉਹਨਾਂ ਨੂੰ ਸੁਖ ਮਿਲਦਾ ਹੈ। ਦੋਨੋ ਲਾਈਨਾਂ ਰਹਾਉ ਦੀਆਂ ਹਨ, ਸੈਂਟਰਲ ਆਈਡੀਆ ਆਫ ਦਾ ਸ਼ਬਦ, ਤੇ ਬਾਕੀ ਸ਼ਬਦ ਵੀ ਜਦੋਂ ਪੜਾਂਗੇ ਇਹਦੀ ਵਿਚਾਰ ਡਿਟੇਲ ਨਾਲ ਕਰਾਂਗੇ, ਵੀ ਰਹਾਉ ਦਾ ਇਹ ਬੰਦ ਸਾਰੇ ਸ਼ਬਦ ਵਿੱਚ ਕਿਵੇਂ ਕਿਵੇਂ ਟੁਕਦਾ ਹੈ। ਢੋਈ ਤਿਸ ਹੀ ਨੋ ਮਿਲੈ, ਜਿਨ ਪੂਰਾ ਗੁਰੂ ਲੱਭਾ, ਨਾਨਕ ਬੱਧਾ ਘਰ ਤਹਾਂ, ਦਿੱਥੈ ਮਿਰਤ ਨ ਜਨਮ ਮਰਾ। ਇੱਕ ਹੋਰ ਪ੍ਰਮਾਣ ਹੈ, ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਧਾਨ। ਸੰਤ ਜਨ, ਪਲੂਰਲ ਵਰਡ, ਜਨ ਨੰਨਾ ਮੁਕਤਾ ਹੈ, ਕੋਈ ਵਾਵਲ ਨਹੀਂ ਹੈ। ਇਟ ਸ਼ੋਰ ਦਿਸ ਵਰਡ ਇਜ ਪਲੂਰਲ, ਬਹੁਵਚਨ ਹੈ। ਤਾਂ ਸੰਤ ਸ਼ਬਦ
ਜਨ ਭਾਵ ਪਰਮੇਸ਼ਰ ਦਾ ਨਾਮ ਜਪਣ ਵਾਲੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਦਰ ਸੇਵਨ ਪਰਮੇਸ਼ਰ ਦੇ ਦਰ ਤੇ ਖੜੇ ਹੋ ਕੇ ਸੇਵਾ ਕਰਦੇ ਹਨ ਪਾਇਨ ਤੇ ਉਹਨਾਂ ਨੂੰ ਇਸ ਵਿੱਚੋਂ ਕੀ ਮਿਲਦਾ ਹੈ? ਪਾਇਨ ਪਾਉਂਦੇ ਹਨ ਗੁਣੀ ਨਿਧਾਨ ਦੇ ਸੰਤ ਜਨ ਵਰਡ ਪਲੂਰਲ ਬਹੁਵਚਨ ਹੈ, ਕਿਸੇ ਇੱਕ ਵਾਸਤੇ ਨਹੀਂ ਆ ਰਿਹਾ ਹੈ। ਅੰਕ 32 ਪੇਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ। ਸੰਤਾਂ ਇਹ ਵੀ ਸ਼ਬਦ ਬਹੁਵਚਨ ਹੈ, ਪਲੂਰਲ ਹੈ। ਉਹਨਾਂ ਦੀ ਸੰਗਤ ਦੇ ਜਿਹੜੇ ਰੱਬ ਦਾ ਨਾਮ ਜਪਦੇ ਹਨ ਉਹ ਤੁਸੀਂ ਵੀ ਹੋ ਸਕਦੇ ਹੋ, ਹੋਰ ਕੋਈ ਵੀ ਹੋ ਸਕਦਾ ਹੈ। ਤਾਂ ਸੰਤਾਂ ਦੀ ਰੱਬ ਦਾ ਨਾਮ ਜਪਣ ਵਾਲਿਆਂ ਦੀ ਸੰਗਤ ਦੇ ਵਿੱਚ ਜਦੋਂ ਅਸੀਂ ਨਾਮ ਜਪਦੇ ਹਾਂ ਮਨ ਵਸਦਾ, ਅਸੀਂ ਆਪਣੇ ਮਨ ਦੇ ਵਿੱਚ ਪਰਮੇਸ਼ਰ ਨੂੰ ਰਿਅਲਾਈਜ਼ ਕਰ ਲੈਂਦੇ ਹਾਂ। ਪ੍ਰਭ ਪ੍ਰੀਤਮ ਬਖਸ਼ਿੰਦ, ਕਿਉਂਕਿ ਮੇਰਾ ਪ੍ਰਭੂ ਮੇਰਾ ਪ੍ਰੀਤਮ ਮੇਰਾ ਮਾਲਕ ਬਖਸ਼ਿਸ਼ ਦਾ ਘਰ ਹੈ। ਸੰਤ ਜਨੋ ਮਿਲ ਭਾਈਓ ਸੱਚਾ ਨਾਮ ਸਮਾਉ। ਸੰਤ ਜਨੋ ਫਿਰ ਪਲੂਰਲ ਆ ਰਿਹਾ ਹੈ, ਮਿਲ ਭਾਈਓ ਓਏ ਭਰਾਵੋ ਭੈਣੋ ਮਿਲ ਕੇ ਆਓ ਸੱਚਾ ਨਾਮ ਸੰਭਾਲ। ਉਸ ਪਰਮੇਸ਼ਰ ਦਾ ਸੱਚਾ ਨਾਮ ਉਹਦੀ ਸੰਭਾਲ ਕਰੀਏ। ਸੰਤ ਜਨਾ ਮਿਲ ਭਾਈਆ ਕਾਟਿਆੜਾ ਜਮਕਾਲ, ਇਹ ਵੀ ਬਹੁਵਚਨ ਹੈ। ਤਾਂ ਇਸ ਤਰ੍ਹਾਂ ਫਿਰ ਮੈਂ ਰਿਪੀਟ ਕਰਾਂਗਾ, ਸੰਤ ਸ਼ਬਦ ਗੁਰਬਾਣੀ ਅੰਦਰ ਸੰਗਤ ਵਾਸਤੇ ਆਵੇਗਾ ਬਹੁਵਚਨ ਆਵੇਗਾ, ਗੁਰੂ ਵਾਸਤੇ ਆਵੇਗਾ ਪਰਮੇਸ਼ਰ ਵਾਸਤੇ ਆਵੇਗਾ, ਪਰ ਕਿਸੇ ਖਾਸ ਇੱਕ ਵਿਅਕਤੀ ਮਹਾਂਪੁਰਸ਼ ਸੋ ਕਾਲ ਬਾਬਾ ਵਾਸਤੇ ਕਿਤੇ ਵੀ ਨਹੀਂ ਆਉਂਦਾ ਹੈ। ਤਾਂ ਇੱਥੇ ਮੈਂ ਅੱਜ ਇਸ ਵਿਸ਼ੇ ਨੂੰ, ਬੜਾ ਨਾਜ਼ੁਕ ਵਿਸ਼ਾ ਹੈ, ਸਮਾਪਤ ਕਰਾਂਗਾ। ਅਗਲੇ ਵਾਰੀ ਵੀਰ ਵਰਿੰਦਰਪਾਲ ਸਿੰਘ ਜੀ, ਡਾਕਟਰ ਸਰਬਜੀਤ ਸਿੰਘ ਜੀ ਅਤੇ ਮੇਰੀ ਭੈਣ ਸੁੰਦਰੀ ਜੀ, ਸੁੰਦਰ ਆਪ ਜੀ ਦਾ ਨਾਮ ਹੈ, ਤੇ ਕਿਰਪਾ ਕਰਕੇ ਆਪ ਜੀ ਨੇ ਅਗਲੇ ਹਫਤੇ 20-25 ਮਿੰਟ ਤਿੰਨਾਂ ਨੇ ਤਿਆਰ ਕਰਨੇ ਹਨ। ਤਾਂ ਮੈਂ ਉਮੀਦ ਕਰਦਾ ਹਾਂ ਤੁਹਾਡੀ ਇਸ ਵਿਦਵਤਾ ਤੋਂ, ਇਸ ਸਿਆਣਪ ਤੋਂ ਸਾਰੀ ਸੰਗਤ ਲਾਹਾ ਲੈ ਸਕੇਗੀ, ਤੇ ਮੈਂ ਉਸ ਤੋਂ ਤੀਜੇ ਹਫਤੇ ਲੋੜ ਪਏਗੀ ਤੇ ਤੁਹਾਡੇ ਵੱਲੋਂ ਸਵਾਲ ਜਵਾਬ ਹੋਰ ਹੋਣਗੇ ਤਾਂ ਤੀਜਾ ਹਫਤਾ ਵੀ ਕਰਾਂਗੇ। ਆਓ ਇਸ ਸੈਸ਼ਨ ਨੂੰ ਮੈਂ ਸਮਾਪਤ ਕਰਦਾ ਹਾਂ। ਤਾਂ ਤੁਹਾਡੇ ਵਿੱਚੋਂ ਕੋਈ ਵੀ ਵੀਰ ਭੈਣ 2 ਮਿੰਟ 4 ਮਿੰਟ ਇਸ ਬਾਰੇ ਕੁਝ ਕਹਿਣਾ ਚਾਹੇ ਕਹਿ ਸਕਦੇ ਹੋ, ਸਵਾਲ ਵੀ ਕਰ ਸਕਦੇ ਹੋ, ਤੇ ਸਵਾਲ ਆਪ ਜੀ ਨੇ ਮੈਨੂੰ ਲਿਖ ਕੇ ਵੀ ਵਟਸਐਪ ਤੇ ਭੇਜ ਦੇਣੇ ਹਨ ਤਾਂ ਕਿ ਬਿਫੋਰ ਦੈਟ ਵੀ ਕੈਨ ਡੂ ਦੈਟ ਪ੍ਰੋਪਰਲੀ। ਤਾਂ ਇੱਥੇ ਮੈਂ ਸਮਾਪਤ ਕਰਦਾ ਹਾਂ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਲੀਜ਼ ਐਨੀਵਨ ਹੈਵ ਰੇਜ਼ ਯੋਰ ਹੈਂਡ। ਸੰਖੇਪ ਵਿੱਚ ਅੱਜ ਗੱਲ ਕਰ ਸਕਦੇ ਹੋ, ਅਗਲੇ ਹਫਤੇ ਆਪ ਜੀ ਨੇ
ਪ੍ਰੋਪਰ ਪ੍ਰਿਪੇਅਰ ਕਰਨਾ ਹੈ ਸਾਰਿਆਂ ਨੇ। ਆਈਫੋਨ ਕਿਸੇ ਵੀਰ ਦਾ ਹੈਂਡ ਰੇਜ਼ ਹੋਇਆ ਹੈ ਵੀਰ ਜੀ, ਉਹ ਆਪ ਅਨਮਿਊਟ ਕਰਕੇ ਆਪਣੇ ਵਿਚਾਰ ਦੱਸੋ ਜੀ। ਆਈਫੋਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ। ਡਾਕਟਰ ਗੁਰਚਰਨ ਸਿੰਘ ਤੇ ਉਹਨਾਂ ਦੇ ਗਰੁੱਪ ਦੇ ਸਾਰੇ ਮੈਂਬਰਸ ਨੂੰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ, ਤੁਸੀਂ ਗੁਰਬਾਣੀ ਦਾ ਵਿਚਾਰ ਚਰਚਾ ਕਰ ਰਹੇ ਹੋ ਤੇ ਸੰਤ ਦੇ ਉੱਤੇ ਤੁਸੀਂ ਬਹੁਤ ਡੀਪਲੀ ਕੋਸ਼ਿਸ਼ ਕੀਤੀ ਹੈ ਕਿ ਸੰਤ ਸੱਸੇ ਨੂੰ ਟਿੱਪੀ ਤੇ ਤੱਤਾ, ਤੇ ਸੱਸੇ ਨੂੰ ਟਿੱਪੀ ਤੇ ਤੱਤੇ ਨੂੰ ਕੰਨਾ, ਹਾਂਜੀ ਸੰਤ ਤੇ ਸੰਤਾਂ। ਹਾਂਜੀ ਬਾਣੀ ਬਹੁਤ ਅਗਾਧ ਬੋਧ ਹੈ, ਪਰੇ ਦੀ ਗੱਲ ਹਾਂਜੀ ਕਰਦੀ ਹੈ, ਪਰ ਮੈਨੂੰ ਕੋਈ ਕਿਸੇ ਤਰ੍ਹਾਂ ਦਾ ਗੁਰਬਾਣੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਤਲਬ ਸ਼ੱਕ ਜਾਂ ਸੁਭਾਅ ਨਹੀਂ ਹੈ। ਮੈਨੂੰ ਜਾਣਨ ਦੀ ਇੱਛਾ ਹੈ। ਮੈਂ ਚਾਹੁੰਦਾ ਹਾਂ ਕਿ ਮੈਨੂੰ ਪਤਾ ਲੱਗੇ ਕਿ ਜਦੋਂ ਸਪੈਲਿੰਗ ਦੋਵਾਂ ਦੇ ਅਲੱਗ ਅਲੱਗ ਹੈ, ਜਾਂ ਇੱਕ ਤੇ ਕੰਨਾ ਨਹੀਂ ਹੈ ਸੰਤ ਦੇ ਉੱਤੇ ਤੇ ਇੱਕ ਤੇ ਕੰਨਾ ਹੈਗਾ, ਤੇ ਹਾਂਜੀ ਫਿਰ ਇਹਨੂੰ ਅਸੀਂ ਕਿਸ ਤਰ੍ਹਾਂ ਦੋਵਾਂ ਨੂੰ ਪਲੂਰਲ ਵਚਨ ਕਹਿ ਸਕਦੇ ਹਾਂ ਜਾਂ ਬਹੁ ਵਚਨ ਕਹਿ ਸਕਦੇ ਹਾਂ, ਇਹਨੂੰ ਥੋੜਾ ਜਿਹਾ ਅੱਗੇ ਦੋਵਾਂ ਸ਼ਬਦਾਂ ਨੂੰ ਖੋਲ ਕੇ ਠੀਕ ਹੈ ਜੀ ਸੰਗਤ ਦੇ ਅੱਗੇ ਰੱਖਿਆ ਜਾਵੇ ਤਾਂ ਹੋਰ ਵੀ ਬਿਹਤਰ ਹੋਏਗਾ ਕਿ ਠੀਕ ਹੈ ਜੀ ਉੱਥੇ ਵੀ ਸੰਤ ਹੈ ਤੇ ਉੱਥੇ ਸੰਤਾਂ ਹੈ, ਤੇ ਪੜ੍ਹਨ ਵਾਲਾ ਨੋਰਮਲੀ ਇਹ ਸਵਾਲ ਖੜਾ ਕਰੇਗਾ ਕਿ ਭਾਈ ਇੱਥੇ ਵੀ ਸੰਤ ਹੈ ਉੱਥੇ ਸੰਤਾਂ ਹੈ, ਤੇ ਇਹਨੂੰ ਕਿਸ ਤਰ੍ਹਾਂ ਆਪਾਂ ਅੱਗੇ ਸੰਗਤ ਨੂੰ ਦੱਸਣਾ ਹੈ। ਠੀਕ ਹੈ ਜੀ, ਮੈਂ ਬਸ ਆਪੇ ਦਾ ਮੇਰਾ ਸਵਾਲ ਇਹ ਕੋਈ ਨੋਟ ਕਰ ਸਵਾਲ ਲਿਆ ਹੈ। ਨਹੀਂ, ਕੋਈ ਇਸ ਤਰ੍ਹਾਂ ਦੇ ਚਲੋ ਸੂਬੇਦਾਰ ਕੇਵਲ ਸਿੰਘ ਬੈਂਗਲੋਰ। ਓਕੇ ਠੀਕ ਹੈ ਜੀ, ਥੈਂਕ ਯੂ। ਤੇ ਅਸੀਂ ਇਹ ਸਵਾਲ ਨੋਟ ਕਰ ਲਿਆ ਹੈ, ਅਗਲੀ ਵਾਰੀ ਇਸ ਨੂੰ ਹੋਰ ਕਰਾਂਗੇ। ਹੁਣ ਹੋਰ ਕਿਸੇ ਵੀਰ ਦਾ ਕੋਈ ਹੋਵੇ ਸਵਾਲ, ਸੰਖੇਪ ਵਿੱਚ ਪਲੱਸ ਮਾਈਨਸ ਕਰੋ। ਅਗਲੇ ਵਾਰੀ ਇਹਨੂੰ ਇਸੇ ਤਰ੍ਹਾਂ ਗ੍ਰਾਮੈਟਿਕਲੀ ਅਸੀਂ ਬੜੇ ਡਿਟੇਲ ਨਾਲ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਗੁਰਬਾਣੀ ਦੇ ਵੱਧ ਤੋਂ ਵੱਧ ਪ੍ਰਮਾਣ ਅੰਕ ਦੇ ਕੇ ਗ੍ਰਾਮੈਟਿਕਲੀ ਉਹਦਾ ਫਰਕ ਕੀ ਬਣਦਾ ਹੈ ਉਹ ਆਪ ਜੀ ਨਾਲ ਸਾਂਝੇ ਕਰਾਂਗੇ। ਐਨੀਵਨ ਐਲਸ, ਕਿਸੇ ਹੋਰ ਵੀ ਤਾਂ ਮੈਨੂੰ ਹੱਥ ਨਜ਼ਰ ਨਹੀਂ ਆ ਰਿਹਾ ਹੈ, ਕੋਈ ਹੋਵੇ ਤਾਂ ਯੂ ਕੈਨ ਆਸ ਅਨਮਿਊਟ ਕਰਕੇ ਆਪ ਜੀ ਕਹਿ ਸਕਦੇ ਹੋ। ਇੱਕ ਚੈਟ ਵਿੱਚ ਸਵਾਲ ਆਇਆ ਹੈ ਜਨਮ ਡਰਾ, ਮੈਂ ਇਹ ਵੀ ਨੋਟ ਕਰ ਲਿਆ ਹੈ, ਅਸੀਂ ਇਹਦੀ ਵੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗੇ, ਪੂਰੀ ਲਾਈਨ ਲੈ ਲਵਾਂਗੇ। ਹਾਲਾਂਕਿ ਇਹ ਰਿਲੇਟਡ ਜਨਮ ਮਰਨ ਦੇ ਨਾਲ ਹੈ, ਇਹ ਨਾਲ ਕੰਸਰਨ ਨਹੀਂ ਹੈ, ਬਟ ਆਈ ਵਿਲ ਟਰਾਈ ਟੂ ਆਨਸਰ ਦੈਟ ਟਾਈਮ। ਐਨੀ ਅਦਰ, ਮੇਰੇ ਭੈਣ ਮੈਨੂੰ ਮਹਿੰਦਰ ਤਾਂ ਕੌਰ ਦਾ ਹੈਗਾ, ਬਸ ਅੰਡੇਜ ਪੈਦਾ। ਮੈਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਜੀ ਫਤਿਹ। ਹਾਂਜੀ ਵੀਰ ਜੀ, ਮੈਂ ਤੁਹਾਨੂੰ ਜਿਹੜਾ ਪੁੱਛਿਆ ਸੀ ਪ੍ਰਸ਼ਨ, ਮੈਨੂੰ ਉਹਨਾਂ ਦੀ ਥੋੜੀ ਸਮਝ ਨਹੀਂ ਸੀ ਆ ਰਹੀ ਕਿ ਹਾ ਦੇ ਥੱਲੇ ਜਿਹੜੀ ਔਂਕੜ ਬੋਲਣੀ ਹੈ, ਜਾਂ ਮੈਂ ਤੁਹਾਨੂੰ ਲਿਖ ਕੇ ਭੇਜਿਆ ਸੀ ਤੇ ਹਾਂ ਉਹ ਮੈਨੂੰ ਮੈਨੂੰ ਮਿਲ ਗਿਆ ਹੈ,
ਜੀ ਮੈਨੂੰ ਇੱਥੋਂ ਨਾ ਮੈਂ ਬੇਨਤੀ ਅੱਗੇ ਕੀਤੀ ਹੈ ਕਿ ਮੇਰਾ ਇੰਟਰਨੈਟ ਕੰਮ ਨਹੀਂ ਇੱਥੇ ਕਰਦਾ ਪਿਆ, ਮੈਨੂੰ ਅੱਛਾ ਹੋਟਸਪੋਟ ਤਾਂ ਕਰ ਰਿਹਾ ਲੇਕਿਨ ਆਵਾਜ਼ ਤੁਹਾਡੀ ਨਾ ਕੱਟ ਕੱਟ ਕੇ ਆਉਂਦੀ ਹੈ, ਮੈਂ ਸੁਣ ਨਹੀਂ ਅੱਛਾ ਪਾ ਰਿਹਾ। ਮੈਨੂੰ ਪਤਾ ਨਹੀਂ ਵੀ ਮੇਰੀ ਆਵਾਜ਼ ਜਿਹੜੀ ਰਿਕਾਰਡਿੰਗ ਵਗੈਰਾ ਹਾਂ ਹੋਈ ਹੈ ਨਹੀਂ ਵੀ ਤੁਹਾਡੀ ਉਹ ਆਵਾਜ਼, ਠੀਕ, ਹਾਂ ਆ ਰਹੀ ਹੈ, ਤੁਹਾਡੀ ਆਵਾਜ਼ ਬਹੁਤ ਅੱਛੀ ਆ ਪਰ ਰਹੀ ਹੈ। ਇਹ ਤੁਹਾਡੀ ਆਵਾਜ਼ ਸਾਰਿਆਂ ਦੀ ਕੱਟ ਕੱਟ ਕੇ ਆ ਰਹੀ ਹੈ ਡਿਊ ਟੂ ਮਾਈ ਇੰਟਰਨੈਟ, ਉਹ ਮੇਰੇ ਹਾਂਜੀ ਇੰਟਰਨੈਟ ਦੀ ਕਮੀ ਹੈ ਇੱਥੇ। ਤਾਂ ਮੈਂ ਉਹ ਵੀ ਸਵਾਲ ਮੈਂ ਆਪ ਜੀ ਦਾ ਨੋਟ ਕੀਤਾ ਹੈ, ਮੈਂ ਉਹ ਅਗਲੇ ਹਫ਼ਤੇ ਉਹ ਵੀ ਆਪ ਜੀ ਨਾਲ ਸਾਂਝੇ ਕਰਾਂਗੇ। ਠੀਕ ਹੈ ਜੀ, ਬਹੁਤ ਅੱਛਾ ਜੀ, ਹਾਂ ਹਾਂਜੀ ਬਹੁਤ ਬਹੁਤ ਸਾਰੇ ਧੰਨਵਾਦ। ਸਾਰੇ ਵੀਰ ਭੈਣਾਂ ਹਾਂਜੀ ਨੂੰ ਫਿਰ ਬੇਨਤੀ ਹੈ, ਆਪਣੇ ਸਵਾਲ ਮੈਨੂੰ ਵਟਸਐਪ ਤੇ ਲਿਖ ਕੇ ਆਪ ਭੇਜ ਸਕਦੇ ਹੋ, ਤਾਂ ਅਸੀਂ ਉਹ ਸਵਾਲਾਂ ਦੀ ਪੂਰੀ ਲਿਸਟ ਬਣਾਵਾਂਗੇ ਐਂਡ ਦੈਟ ਵਿਲ ਗਿਵ ਦਮ ਆਨਸਰ ਪ੍ਰੋਪਰਲੀ। ਠੀਕ ਹੈ ਜੀ, ਹਾਂਜੀ, ਹੋਰ ਕੋਈ ਵੀਰ ਭੈਣ ਸਵਾਲ ਹੋਵੇ ਤਾਂ ਪੁੱਛ ਸਕਦੇ ਹੋ ਐਂਡ ਯੂ ਕੈਨ ਸਤਿ ਸ਼੍ਰੀ ਆਸਕ। ਅਕਾਲ ਅੰਕਲ, ਸਤਿ ਸਤਿ ਸ਼੍ਰੀ ਸ੍ਰੀ ਅਕਾਲ, ਅਕਾਲ ਇੱਕ ਵਾਰੀ ਰਿਪੀਟ, ਜਸ ਵੀਰ ਇੱਕ ਤੋਂ। ਵਾਰੀ ਹਾਂਜੀ ਰਿਪੀਟ ਭੈਣ, ਕਰਨਾ ਜੋ, ਹਾਂਜੀ ਭੈਣ ਜੀ, ਇੱਕ ਵਾਰੀ ਰਿਪੀਟ ਕਰਨਾ ਜੋ ਤੁਸੀਂ ਕਿਹਾ ਸੀ ਕਿ ਸੰਤ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ ਆਇਆ, ਕਿਸ ਵਾਸਤੇ ਹਾਂਜੀ ਆ ਰਿਹਾ? ਇਹ ਮੈਂ ਪਹਿਲਾਂ ਬੇਨਤੀ ਕੀਤੀ, ਸ਼ਾਇਦ ਆਪ ਜੀ ਨੇ ਲੇਟ ਜੁਆਇਨ ਕੀਤਾ ਹੈ। ਸੰਤ ਸ਼ਬਦ ਗੁਰਬਾਣੀ ਦੇ ਅੰਦਰ ਸੰਗਤ ਵਾਸਤੇ ਆਇਆ, ਸੰਤ ਸੰਗਤ, ਦੂਸਰਾ ਗੁਰੂ ਵਾਸਤੇ ਆਇਆ ਹੈ, ਤੀਸਰਾ ਪਰਮੇਸ਼ਰ ਵਾਸਤੇ ਆਇਆ ਹੈ। ਇਹਨਾਂ ਤਿੰਨਾਂ ਦੇ ਰੈਫਰੈਂਸ ਮੈਂ ਜੋ ਹਨ ਔਰ ਮੇਰੇ ਵੀਰ ਦੂਸਰੇ ਜਿਹੜੇ ਅਗਲੇ ਹਫ਼ਤੇ ਉਹ ਗੁਰਬਾਣੀ ਦੇ ਪ੍ਰਮਾਣ ਅੰਗ ਸਮੇਤ ਗ੍ਰਾਮੈਟਿਕਲੀ ਵਿਆਕਰਨ ਦੇ ਨਾਲ ਉਹ ਅਸੀਂ ਆਪ ਜੀ ਨਾਲ ਸਾਂਝੇ ਕਰਾਂਗੇ। ਇਹ ਵਿਸ਼ਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਬੜਾ ਸੈਂਸਿਟਿਵ ਵਿਸ਼ਾ ਹੈ ਤੇ ਇਸ ਦੀ ਅਸੀਂ ਬੜੀ ਡਿਟੇਲ ਨਾਲ ਵਿਚਾਰ ਕਰਾਂਗੇ, ਚਾਹੇ ਦੋ ਜ਼ੂਮ ਹੋਣ, ਤਿੰਨ ਚਾਰ ਕਰਨੇ ਪੈਣ, ਅਸੀਂ ਸਾਰੇ ਰਲ ਮਿਲ ਕੇ ਸਵਾਲ ਕਰਨਾ ਹੈ। ਆਈ ਐਮ ਨਾਟ ਅਗੇਂਸਟ ਐਨੀ ਵਨ ਪਰਸਨਲੀ, ਮੈਂ ਪਰਸਨਲੀ ਕਿਸੇ ਨੂੰ ਨਹੀਂ ਜਾਣਦਾ ਤੇ ਇਸ ਕਰਕੇ ਇਹਨੂੰ ਅਸੀਂ ਜਨਰਲ ਟੋਟਲ ਦੇ ਵਿੱਚ ਲਵਾਂਗੇ। ਪਰ ਜਦੋਂ ਇਹੋ ਜਿਹੀਆਂ ਗੱਲਾਂ ਕਈ ਵਾਰੀ ਹੁੰਦੀਆਂ ਹਨ ਤਾਂ ਅਸੀਂ ਜਿਹੜੇ ਕਈ ਕਿਸੇ ਸੰਤ ਮਹਾਂਪੁਰਸ਼ ਬਾਬੇ ਨਾਲ ਜੁੜੇ ਹੁੰਦੇ ਹਾਂ ਤਾਂ ਸਾਨੂੰ ਉਹ ਪਿਆਰਾ ਲੱਗਦਾ ਹੈ, ਉਹਦੀਆਂ ਗੱਲਾਂ ਪਿਆਰੀਆਂ ਲੱਗਦੀਆਂ ਨੇ, ਪਰ ਗੁਰੂ ਦੀ ਬਾਣੀ, ਗੁਰੂ ਦੇ ਬਚਨ, ਅੰਕ ਨੰਬਰ ਵੀ ਲਿਖੇ ਹੋਣਗੇ, ਉਹ ਸੈਂਕੜੇ ਵਾਰੀ ਗੁਰੂ ਕਹਿ ਰਿਹਾ ਹੋਏਗਾ, ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿਉਂਕਿ ਗੁਰਬਾਣੀ ਅਸੀਂ ਆਪ ਪੜ੍ਹਨਾ ਨਹੀਂ ਚਾਹੁੰਦੇ, ਗੁਰਬਾਣੀ ਅਸੀਂ ਆਪ ਸਮਝਣਾ ਨਹੀਂ ਚਾਹੁੰਦੇ ਜੋ ਉਹਨਾਂ ਨੇ ਕਹਿਤਾ ਸੁਣ ਲਿਆ, ਐਸਾ ਨਹੀਂ ਹੈ। ਸਾਨੂੰ ਪੜ੍ਹਨਾ ਹੈ, ਸੁਣਨਾ ਹੈ, ਸਮਝਣਾ ਹੈ, ਫਿਰ ਫੈਸਲਾ ਕਰਨਾ ਹੈ। ਇੱਕ ਅੱਖਰ ਇੱਕ ਲਾਈਨ ਦੇ ਨਾਲ ਫੈਸਲਾ ਨਹੀਂ ਹੋਏਗਾ, ਇਸ ਕਰਕੇ ਮੈਂ ਬੇਨਤੀ ਕਰ ਰਿਹਾ ਹਾਂ ਵੀ ਇਹਨੂੰ ਅਸੀਂ ਲੜੀਵਾਰ ਵਿਚਾਰ ਕਰਾਂਗੇ ਔਰ ਹੋਰ ਸਕਾਲਰ ਦੇ ਰਾਹੀਂ ਇਹਨੂੰ ਸਮਝਣ ਦਾ ਯਤਨ ਕਰਾਂਗੇ। ਤਾਂ ਅਗਲੇ ਹਫ਼ਤੇ ਇੱਕ ਬੇਨਤੀ ਹੈ, ਆਪ ਟਾਈਮ ਤੇ ਜੁੜੋ, ਤਾਂ ਕਿ ਕਈ ਵਾਰੀ ਪਤਾ ਕੀ ਹੈ ਮੈਂ ਟੇਬਲ ਸ਼ੁਰੂ ਕੀਤਾ 2 2 ਦਾ 4, 2 3 ਦਾ 6 ਤੇ ਇੱਕ ਵਿੱਚੋਂ ਆ ਰਿਹਾ ਜਦੋਂ ਮੈਂ ਕਹਿ ਰਿਹਾ ਸੀ 2 8 ਦਾ 16, ਤਾਂ ਉਹਨੂੰ ਪਹਿਲਾ ਲੈਸਨ ਸਮਝ ਨਹੀਂ ਆਉਂਦਾ ਹੈ। ਇਹ ਇਹੀ ਹਾਲ ਸਾਡਾ ਅੱਜ ਗੁਰਦੁਆਰਿਆਂ ਦਾ ਹੈ, ਜਦੋਂ ਸਾਡਾ ਦਿਲ ਕਰਦਾ ਗੁਰਦੁਆਰੇ ਅੰਦਰ ਬਾਹਰ ਜਾਂਦੇ ਹਾਂ, ਜਦੋਂ ਦਿਲ ਕਰਦਾ ਨਿਕਲ ਜਾਂਦੇ ਹਾਂ। ਤੇ ਮੈਂ ਨੌਜਵਾਨ ਬੱਚਿਆਂ ਨੂੰ ਕਹਿੰਦਾ ਹਾਂ, ਸੰਗਤ ਨੂੰ ਵੀ ਕਹਿੰਦਾ, ਵਟ ਯੂ ਡੂ ਆਲ ਇਨ ਦਾ ਗੁਰਦੁਆਰਾ ਐਵਰੀ ਵਨ, ਅਗਰ ਇਹ ਤੁਹਾਡੇ ਬੱਚੇ ਸਕੂਲ ਕਾਲਜ ਯੂਨੀਵਰਸਿਟੀ ਵਿੱਚ ਕਰਨ ਨਾ ਕਦੇ ਪਾਸ ਨਹੀਂ ਹੋ ਸਕਦੇ, ਦੈਟਸ ਵਾਈ ਵੀ 90% ਸਿੱਖ ਆਰ ਫੇਲਿਅਰ। ਸਿਆਰੀ ਦਾ ਨਹੀਂ ਪਤਾ, ਲਾਂ ਦਾ ਨਹੀਂ ਪਤਾ, ਬਸ ਬਾਬਾ ਜੀ ਨੇ ਕਹਿਤਾ। ਮੈਂ ਫਿਰ ਵਾਸਤਾ ਦਿੰਦਾ ਰੱਬ ਦਾ, ਗੁਰੂ ਦਾ, ਬਾਣੀ ਆਪ ਪੜ੍ਹੋ, ਕਿਸੇ ਕੋਲੋਂ ਸੁਣੋ, ਕੋਈ ਮੁਸ਼ਕਿਲ ਨਹੀਂ ਹੈ, ਪਰ ਉਹਨੂੰ ਪਰਖੋ ਆਪ।
ਤੇ ਮੈਂ ਇਹਦੇ ਇੱਕ ਗੱਲ ਕਹੀ ਸੀ, ਹਰ ਵਾਰੀ ਕਹਿੰਦਾ ਹਾਂ ਸੰਗਤ ਜੀ, ਬਾਤੀ ਬਾਣੀ ਮਨ ਵਾਸਤੇ ਹੈ, ਸਰੀਰ ਵਾਸਤੇ ਨਹੀਂ ਹੈ। 5,000, ਹੁਣ ਧਿਆਨ ਨਾਲ ਨੋਟ ਕਰੋ, 5,443 ਟਾਈਮ ਗੁਰੂ ਨਾਨਕ ਨੇ ਡਾਇਰੈਕਟ ਮਨ ਦੀ ਗੱਲ ਕੀਤੀ ਹੈ, ਮਨ ਨੂੰ ਸੰਬੋਧਨ ਕੀਤਾ ਹੈ। 2,000 ਵਾਰੀ ਮਨ ਦੇ ਲਈ ਹੋਰ ਸਿਨੋਨੀਮਸ ਵਰਡ ਵਰਤੇ ਹਨ। ਦ ਥਿੰਗ, ਦ ਸਬਜੈਕਟ ਜਿਹੜਾ ਗੁਰੂ ਸਾਹਿਬ ਨੇ 7,000 ਵਾਰੀ ਜੋ ਕੀਤਾ ਹੈ, ਉਹਦੇ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ। ਅਸੀਂ ਸਰੀਰ ਨਾਲ ਜੁੜੇ ਹੋਏ ਹਾਂ, ਬਾਣੀ ਨੂੰ ਸਰੀਰ ਨਾਲ ਜੋੜ ਰਹੇ ਹਾਂ, ਇਸ ਕਰਕੇ ਸਮਝ ਨਹੀਂ ਆਉਂਦੀ। ਲੁਧਿਆਣੇ ਵਿੱਚ ਇੱਕ ਸੁਸਾਇਟੀ ਹੈ ਭੈਣ ਜੀ, ਤੁਹਾਨੂੰ ਪਤਾ ਹੋਏਗਾ, ਹੋਰਾਂ ਨੂੰ ਵੀ, ਸੁਸਾਇਟੀ ਦਾ ਨਾਂ ਹੀ ਇਹ ਹੈ, ਸਰਬ ਰੋਗ ਕਾ ਔਖਦ ਨਾਮ। ਆਈ ਨੋ ਦੈਮ ਪਰਸਨਲੀ। ਡਰਾਮੇ ਬਾਜੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, 2-2 ਘੰਟੇ, 3-3 ਘੰਟੇ, ਆ ਕਰ, ਉਹ ਕਰ, ਆ ਕਰ, ਇਹ ਕਰ। ਨੋ, 100% ਰੋਂਗ। ਮੈਂ ਫਿਰ ਕਹਾਂਗਾ, ਬਾਣੀ ਦੇ ਬਿਆਪ ਉੱਤੇ, ਬਾਣੀ ਮਨ ਦੇ ਦੁੱਖਾਂ ਦਾ, ਮਨ ਦੇ ਸੁੱਖਾਂ ਦੀ ਗੱਲ ਕਰ ਰਹੀ ਹੈ। ਨੰਬਰ 2, ਜਿੱਥੇ ਸਰੀਰ ਦੀ ਗੱਲ ਹੋਵੇਗੀ ਤਾਂ ਉੱਥੇ ਸਤਿਗੁਰੂ ਜੀ ਨੇ ਸਰੀਰ ਦਾ ਨਾਮ ਵਰਤਿਆ ਹੈ। ਆਪ ਬਾਣੀ ਪੜ੍ਹਦੇ ਨਹੀਂ, ਇਸ ਕਰਕੇ ਪਤਾ ਨਹੀਂ ਲੱਗਦਾ। ਇਹ ਸਰੀਰ ਆ ਮੇਰੇ ਆ, ਦੇਹ ਦੀ ਗੱਲ ਹੋਏਗੀ, ਫਿਰ ਬਾਡੀ ਆਰਗਨ ਦੀ ਗੱਲ ਹੋਏਗੀ। ਇਹ ਸਵਣੋ ਮੇਰੇ ਹੋ, ਕੰਨਾਂ ਨੂੰ ਕਹਿ ਰਹੇ ਨੇ, ਇਹ ਨੇਤਰੋ ਮੇਰੇ ਹੋ, ਹੁਣ ਇੱਥੇ ਅੱਖਾਂ ਨੂੰ ਕਹਿ ਰਹੇ ਨੇ, ਇਹ ਰਸਨਾ ਤੂੰ ਅਨਰਸ ਰਾਤ ਰਹੀ, ਇੱਥੇ ਜ਼ੁਬਾਨ ਨੂੰ ਕਹਿ ਰਹੇ ਨੇ, ਹੱਥਾਂ ਦੀ ਗੱਲ ਹੋਏਗੀ, ਪੈਰਾਂ ਦੀ ਗੱਲ ਹੋਏਗੀ, ਉੱਥੇ ਉਹ ਬਾਣੀ, ਉਹ ਸ਼ਬਦ ਬਾਡੀ ਬਾਡੀ ਆਰਗਨ ਵਾਸਤੇ ਹੈ। ਨੰਬਰ 3, ਵੈਰੀ ਫਿਊ, ਵੈਰੀ ਫਿਊ ਲਿਮਿਟਿਡ ਥੋੜੇ ਜਿਹੇ ਸ਼ਬਦ ਹਨ ਜਿਹੜੇ ਦੋਨਾਂ ਪਾਸੇ ਮਨ ਅਤੇ ਸਰੀਰ ਤੇ ਟੁਕਦੇ ਹਨ। ਬਸ ਇਹ ਬਾਣੀ ਦੀ ਬਣਤਰ ਹੈ। ਜੇ ਕਿਸੇ ਨੂੰ ਡਾਊਟ ਹੋਵੇ, ਆਪ ਬਾਣੀ ਪੜ੍ਹੋ, ਲਿਖੋ, ਨੋਟ ਕਰੋ, ਸਮਝ ਨਾ ਆਵੇ ਨੋਟ ਕਰੋ, ਉਸ ਢੰਗ ਨਾਲ ਬਾਣੀ ਸਮਝ ਆਵੇਗੀ। ਬਸ ਮੇਰੀ ਆਪ ਜੀ ਨੂੰ ਇਹੀ ਬੇਨਤੀ ਹੈ, ਪ੍ਰੋਪਰ ਸਵਾਲ ਕਰੋ, ਇੱਕ ਦੂਜੇ ਨੂੰ ਪ੍ਰੋਪਰ ਜਵਾਬ ਦਿਓ, ਔਰ ਅਗਲੇ ਵਾਰੀ ਜਿਹਨਾਂ ਵੀ ਵੀਰ ਨੇ ਬੋਲਣਾ ਹੈ, ਬਾਣੀ ਦੇ ਅੰਕ ਕੋਸ਼ਿਸ਼ ਕਰਨੀ ਹੈ, ਪ੍ਰੈਜੈਂਟੇਸ਼ਨ ਬਣਾ ਕੇ ਕਰਨਾ ਹੈ, ਬੜੇ ਆਰਾਮ ਨਾਲ ਬੋਲਣਾ ਹੈ, ਅੰਕ ਨੰਬਰ ਲਿਖਿਆ ਹੋਣਾ ਚਾਹੀਦਾ ਹੈ, ਤਾਂ ਕਿ ਅਸੀਂ ਚੰਗੇ ਢੰਗ ਨਾਲ ਸੰਗਤ ਨੂੰ ਐਕਸਪਲੇਨ ਕਰ ਸਕੀਏ। ਐਨੀਵਨ ਐਲਸ ਜੀ? ਥੈਂਕ ਯੂ ਬੈਨ ਜੀ, ਸਾਡੇ ਕੋਲ ਟਾਈਮ ਹੈ, ਇਫ ਐਨੀਵਨ ਹੈਵ ਐਨੀ ਕੁਐਸਚਨ ਸੋ ਯੂ ਕੈਨ ਆਸਕ, ਆਈ ਐਮ ਨੋਟਿਡ। ਉਹ ਹਾਂਜੀ, ਜੋ ਸੋਸਾਇਟੀ ਅੱਗੇ ਸਦਾ ਬਰੋਕ ਔਖਦ ਨਾਮ, ਉੱਥੇ ਕਈ ਲੋਕ ਠੀਕ ਹੁੰਦੇ ਨੇ, ਮਤਲਬ ਕਹਿੰਦੇ ਨੇ, ਮੈਂ ਸੁਣਿਆ, ਮੈਂ ਗਈ ਸੀ ਉੱਥੇ ਇੱਕ ਵਾਰੀ ਕਿ ਵੀ ਇਹ ਸਭ ਡਿਸੀਜ਼ ਠੀਕ ਹੋ ਗਈਆਂ ਇਸ ਤਰ੍ਹਾਂ ਇਸ ਤਰ੍ਹਾਂ। ਭੈਣ ਜੀ, ਭੈਣ ਜੀ, ਇਹ ਸਾਰੇ ਪੇੜ ਬੰਦੇ ਵਿੱਚ ਰੱਖੇ ਹੁੰਦੇ ਨੇ। ਮੈਂ ਬੜੇ ਸਕਾਲਰ ਵਿਦਵਾਨ ਮਹਾਂਪੁਰਸ਼ਾਂ ਨੂੰ ਜਾਣਦਾ ਜਿਹੜੇ ਇੱਥੇ ਸੰਗਤ ਵਿੱਚ 5 ਚਮਚੇ ਬਿਠਾਏ ਹੁੰਦੇ ਨੇ ਪੈਸੇ ਦੇ ਕੇ, ਬੋਲੇ ਸੋਨਿਹਾਲ, ਬਾਬਾ ਜੀ ਦੀ ਜੈ, ਬਾਬਾ ਜੀ ਬੋਲੇ ਸੋਨਿਹਾਲ, ਪੇੜ ਬੰਦੇ ਰੱਖੇ ਆ। ਤੁਸੀਂ ਫੇਸਬੁੱਕ ਤੇ ਵੀ ਆਪ ਜੀ ਦੇਖਦੇ ਹੋ ਵੀ ਬੜੀਆਂ ਡਰਾਮੇਬਾਜ਼ੀਆਂ ਆਉਂਦੀਆਂ ਨੇ, ਆਹ ਬੰਦਾ ਜੀ ਉਹ ਸਰੋਵਰ ਦਰਬਾਰ ਸਾਹਿਬ ਇਸ਼ਨਾਨ ਕੀਤਾ, ਉਹਦਾ ਹੱਥ ਠੀਕ ਹੋ ਗਿਆ, ਪੈਰ ਠੀਕ ਹੋ ਗਿਆ, ਅੱਖਾਂ ਠੀਕ ਹੋ ਗਈਆਂ। ਸ਼੍ਰੋਮਣੀ ਕਮੇਟੀ ਨੇ ਆਪਣੇ ਹਸਪਤਾਲ ਬਣਾਏ ਹੈ, ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪ ਹਸਪਤਾਲ ਬਣਾਏ, ਗੁਰੂ ਹਰਰਾਏ ਸਾਹਿਬ ਜੀ ਨੇ ਆਪਣਾ ਬੜਾ ਵੱਡਾ ਦਵਾਖਾਨਾ ਮੈਡੀਸਨ ਡਿਪਾਰਟਮੈਂਟ ਬਣਾਇਆ ਸੀ, ਜਿੱਥੋਂ ਇੱਕ, ਮੈਨੂੰ ਹੁਣ ਹਿਸਟਰੀ ਮੈਂ ਜਾਣਦਾ ਨਹੀਂ, ਇੱਕ ਮੁਗਲ ਬਾਦਸ਼ਾਹ ਦਾ ਟ੍ਰੀਟਮੈਂਟ ਜਿਹੜੀ ਹੈ
ਉਹ ਦਵਾਈ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਦਵਾਖਾਨੇ ਚੋਂ ਮਿਲੀ। ਗੁਰੂ ਸਾਹਿਬ, ਗੁਰੂ ਅਰਜਨ ਪਾਤਸ਼ਾਹ ਜੀ ਨੇ ਸਭ ਤੋਂ ਜ਼ਿਆਦਾ ਬਾਣੀ ਲਿਖੀ ਹੈ, ਸਭ ਤੋਂ ਜ਼ਿਆਦਾ, ਤੇ ਉਹ ਉਹਨਾਂ ਨੇ ਆਪ ਹਸਪਤਾਲ ਬਣਵਾਏ। ਇਤਿਹਾਸ ਪੜ੍ਹ ਕੇ ਦੇਖੋ, ਬਾਣੀ ਪੜ੍ਹ ਕੇ ਦੇਖੋ। ਮੈਂ ਫਿਰ ਬੇਨਤੀ ਕਰਾਂਗਾ, ਬਾਣੀ ਬਹੁਤੀ ਮਨ ਵਾਸਤੇ ਹੈ, ਮਨ ਦੇ ਦੁੱਖਾਂ ਦਾ ਇਲਾਜ ਕਰਦੀ ਹੈ। ਮੇਰੇ ਮਨ ਦੀ ਪੀੜਾ, ਮੇਰੇ ਮਨ ਦਾ ਹਨੇਰਾ ਉਹਨੂੰ ਦੂਰ ਕਰਦੀ ਹੈ। ਸਰੀਰ ਦੇ ਨਹੀਂ, ਮੇਰੇ ਢਿੱਡ ਪੀੜ ਹੋ ਗਈ ਤੇ ਮੈਂ ਬਾਣੀ ਪੜ੍ਹਨ ਲੱਗ ਜਾਵਾਂ ਤੇ ਠੀਕ ਹੋ ਜਾਏਗਾ। ਅਸੀਂ ਸਿੱਖਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ। ਆਉਣ ਵਾਲੀ ਜਨਰੇਸ਼ਨ, ਯਾਦ ਰੱਖ ਲਓ, ਗੁਰਦੁਆਰਿਆਂ ਤੋਂ ਭੱਜ ਰਹੀ ਹੈ ਇਸੇ ਗਲਤੀਆਂ ਕਰਕੇ। ਉਹ ਕਹਿੰਦੇ ਸਾਬਤ ਕਰੋ ਮੇਰੇ ਪੇਟ ਦਰਦ ਹੈ, ਪੜ੍ਹੋ ਬਾਣੀ ਜਿਹੜੀ ਪੜ੍ਹਦੇ ਹੋ, ਅਖੰਡ ਪਾਠ ਕਰਾਓ ਜੇ ਮੇਰਾ ਪੇਟ ਦਰਦ ਠੀਕ ਹੋ ਜਾਵੇ। ਕੀ ਕਰੋਗੇ? ਸਰੀਰ ਦੇ ਰੋਗ ਵਾਸਤੇ। ਔਰ ਜਿੰਨੇ ਇਹ ਈਸਾਈ ਜਿਹੜੇ ਆ ਨਾ, ਡਰਾਮੇਬਾਜ਼ੀ ਬੜੀ ਕਰ ਰਹੇ ਅੱਜ ਕੱਲ੍ਹ, ਤੁਸੀਂ ਦੇਖ ਰਹੇ ਹੋ, ਤੇ ਉਹਨਾਂ ਦਾ ਜਿਹੜਾ ਸਭ ਤੋਂ ਟਾਪ ਮੋਸਟ ਉਹਨਾਂ ਦਾ ਪੌਪ ਜਿਹੜਾ ਹੈ, ਅਗਰ ਤੁਸੀਂ ਫੇਸਬੁੱਕ ਤੇ ਪੜਿਆ, ਉਹ ਹੈਂਡੀਕੈਪ ਹੈ, ਉਹ ਵੀਲ ਚੇਅਰ ਦੇ ਉੱਪਰ ਚੱਲਦਾ ਹੈ। ਉਹ ਆਪ ਆਪਣੀ ਲੱਤਾਂ ਦਾ ਇਲਾਜ ਨਹੀਂ ਕਰਾ ਰਿਹਾ। ਤੇ ਇੰਡੀਆ ਦੇ ਵਿੱਚ ਸਿੱਖਾਂ, ਹਿੰਦੂ ਮੁਸਲਮਾਨਾਂ ਨੂੰ ਪੰਜਾਬ ਦੇ ਵਿੱਚ ਜੀਸਸ ਦੇ ਨਾਂ ਤੇ ਬੇਵਕੂਫ ਬਣਾ ਕੇ ਉਹਨਾਂ ਦੀਆਂ ਬਿਮਾਰੀਆਂ ਠੀਕ ਕਰ ਰਹੇ ਨੇ, ਤੇ ਜਿੰਨੀਆਂ ਕੁੜੀਆਂ ਮੁੰਡੇ ਉੱਥੇ ਦੇਖਦੇ ਹੋ ਸਾਰੇ ਪੈਸੇ ਲੈ ਕੇ ਡਰਾਮਾ ਕਰ ਰਹੇ ਨੇ, ਤੇ ਅਸੀਂ ਸਿਰਫ ਦੇਖ, ਉਹਨੇ ਕਿਹਾ, ਸੁਣੀ ਸੁਣਾਈ ਗੱਲ ਕਰ ਰਹੇ ਹਾਂ। ਸਰੋਵਰ ਕਾਹਦੇ ਵਾਸਤੇ ਨੇ ਇਹ ਸਮਝੋ, ਹਿਸਟੋਰੀਕਲ ਫੈਕਟ। ਇਹ ਸਾਰੇ ਵਿਸ਼ੇ ਆਪਾਂ ਇੱਕ ਵਿੱਚ ਨਹੀਂ ਕਰ ਸਕਦੇ, ਤਾਂ ਇੱਕ ਵਿਸ਼ਾ ਜਿਹੜਾ ਅਸੀਂ ਅੱਜ ਲੈ ਕੇ ਚੱਲ ਰਹੇ ਹਾਂ, ਇਹਨੂੰ 1-2-3 ਹਫ਼ਤੇ ਲਗਾਤਾਰ ਸ਼ੇਅਰ ਕਰਾਂਗੇ। ਆਪ ਆਪਣੇ ਪ੍ਰਮਾਣ ਲੈ ਕੇ ਆਓ ਗੁਰੂ ਗ੍ਰੰਥ ਸਾਹਿਬ ਵਿੱਚੋਂ। ਮੈਂ ਮਨਾ ਨਹੀਂ ਕਰ ਰਿਹਾ, ਮੈਂ ਖੁੱਲ ਕੇ ਵਿਚਾਰ ਕਰਨੀ ਚਾਹੁੰਦਾ ਹਾਂ, ਕਿੰਨੇ ਵੀ ਹਫ਼ਤੇ ਲੱਗ ਜਾਣ, ਆਈ ਡੋਂਟ ਕੇਅਰ, ਪਰ ਮੈਂ ਤੁਹਾਡੇ ਦਿਲੋ ਦਿਮਾਗ ਦੇ ਵਿੱਚ ਇਹ ਗੱਲ ਰੱਖਣਾ ਚਾਹੁੰਦਾ ਹਾਂ। ਸੰਤ ਸ਼ਬਦ ਗੁਰਬਾਣੀ ਅੰਦਰ ਕਿਸੇ ਮਹਾਂਪੁਰਸ਼ ਪਰਸਨਲ ਪਰਸਨੈਲਿਟੀ ਵਾਸਤੇ ਨਹੀਂ ਹੈ। ਲਾਸਟ ਵਿੱਚ ਜਿਹੜਾ ਮੈਂ ਸਵਾਲ ਕੀਤਾ ਸੀ, ਉਹਦਾ ਵੀ ਹੁਣ ਜਵਾਬ ਲੱਭਣਾ ਹੈ ਆਪ ਜੀ ਨੇ, ਮੈਂ ਅਜੇ ਦੱਸਿਆ ਨਹੀਂ ਜਵਾਬ, ਵੀ ਇਹ ਸੰਤ ਸ਼ਬਦ ਸਭ ਤੋਂ ਪਹਿਲਾਂ ਕਿਹੜੇ ਬੰਦੇ ਨੇ ਆਪਣੇ ਨਾਂ ਨਾਲ ਆਪ ਲਾਇਆ, ਕਿਵੇਂ ਡਰਾਮੇਬਾਜ਼ੀ ਉਹਨੇ ਕੀਤੀ, ਮੈਂ ਉਹਦਾ ਨਾਮ ਵੀ ਦੱਸਾਂਗਾ ਆਪ ਜੀ ਨੂੰ, ਤੇ ਹੋਰਾਂ ਨੂੰ ਵੀ ਫਿਰ ਪੁੱਛ ਲੈਣਾ। ਫਿਰ ਅੱਜ ਤੋਂ 50 ਸਾਲ ਪਹਿਲੇ ਅਸੀਂ ਕਹਿੰਦੇ ਸੀ, ਪੰਜਾਬ ਦੇ ਅੰਦਰ ਇੱਟ ਚੁੱਕੋ ਤੇ ਇਹ ਸੰਤ ਜੰਮ ਪੈਂਦਾ ਹੈ, ਫਿਰ ਕਹਿਣ ਲੱਗੇ ਇੱਟ ਦੇ ਉੱਪਰ ਹੀ ਸੱਪ ਬੈਠੇ ਹੋਏ ਨੇ। ਇੱਕ ਸੰਤ ਮਰਦਾ ਸੀ, ਤ੍ਰੈ ਪੈਦਾ ਹੁੰਦੇ ਨੇ, ਇੱਕ ਕਲੇਰਾਂ ਵਾਲਾ ਬਣ ਗਿਆ, ਇੱਕ ਕਲੇਸ਼ਾਂ ਵਾਲਾ ਬਣ ਗਿਆ, ਇੱਕ ਨਰਕਾਂ ਵਾਲਾ ਬਣ ਗਿਆ, ਇੱਕ ਮਰਦਾ, ਤਿੰਨ ਉਹਦੇ ਜਿਹੜੇ ਅੱਗੋਂ ਅਹੁਦੇਦਾਰ ਖੜੇ ਹੋ ਜਾਂਦੇ ਨੇ, ਬੰਦੂਕਾਂ ਦੇ ਜ਼ੋਰ ਤੇ ਹੁੰਦੇ ਨੇ, ਕਦੀ ਦੇਖੋ ਜਾ ਕੇ ਉਹਨਾਂ ਦਾ ਡਰਾਮਾ। ਦੇਰ ਆਰ ਸੋ ਮੈਨੀ ਪੁਆਇੰਟ ਟੂ ਮੇਕ ਅੰਡਰਸਟੈਂਡ, ਐਂਡ ਦੈਟ ਆਲ ਵੀ ਮੇ ਅੰਡਰਸਟੈਂਡ ਓਨਲੀ ਥਰੂ ਗੁਰਬਾਣੀ, ਹੋਰ ਕੋਈ ਢੰਗ ਨਹੀਂ ਹੈ। ਬਾਕੀ ਮੈਂ ਫਿਰ ਬੇਨਤੀ ਕਰਾਂਗਾ, ਮੈਂ ਕਿਸੇ ਨੂੰ ਫੋਰਸ ਨਹੀਂ ਕਰਦਾ, ਕਿਸੇ ਨੂੰ ਜ਼ਬਰਦਸਤੀ ਨਹੀਂ ਕਹਿ ਰਿਹਾ, ਬਾਣੀ ਦੇ ਬਿਹਾਫ ਤੇ ਮੈਂ ਹੋਰ ਜਿਹੜੇ ਕੌਮ ਦੇ ਵਿਦਵਾਨ ਸੱਜਣ ਆਪ ਜੀ ਕੋਲ ਆਉਣਗੇ, ਉਹਨਾਂ ਦੇ ਵਿਚਾਰ ਸੁਣੋ, ਅੰਕ ਨੰਬਰ ਦੱਸਣਗੇ, ਉਹਨੂੰ ਆਪ ਜਾ ਕੇ ਪੜ੍ਹੋ, ਤਾਂ ਦੈਨ ਯੂ ਵਿਲ ਅੰਡਰਸਟੈਂਡ। ਅਸੀਂ ਗੱਲਾਂ ਕਰਦੇ ਹਾਂ, ਬਾਣੀ ਨੂੰ ਸਮਝਣ ਦੇ 20 ਪੁਆਇੰਟ ਹੈ, ਪਰ ਮੈਂ ਦਾਅਵੇ ਨਾਲ ਕਹਿੰਦਾ ਜਿੰਨੇ ਤੁਸੀਂ ਬੈਠੇ ਹੋ ਨਾ, ਜਿਨ੍ਹਾਂ ਨੇ ਪਹਿਲਾਂ ਸੁਣਿਆ ਤਾਂ ਠੀਕ ਹੈ, ਨਹੀਂ ਤੇ ਬਹੁਤਿਆਂ ਨੂੰ 4 ਪੁਆਇੰਟ ਵੀ ਨਹੀਂ ਪਤਾ ਹੋਣੇ। ਆਈ ਵਿਲ ਸ਼ੇਅਰ ਸਮਥਿੰਗ, 20 ਪੁਆਇੰਟ ਹੈ, ਜੇ ਸਮਝੋਗੇ ਫਿਰ ਬਾਣੀ ਸਮਝ ਆਉਣੀ ਹੈ।
ਪਰ ਸਾਨੂੰ ਕੋਈ ਨਹੀਂ ਦੱਸਦਾ, ਇਹ ਬਾਬਿਆਂ ਨੇ ਤੇ ਬਿਲਕੁਲ ਨਹੀਂ ਦੱਸਣਾ, ਕਿਉਂਕਿ ਇਹਨਾਂ ਨੂੰ ਆਪ ਨਹੀਂ ਪਤਾ ਸਿਆਰੀ ਕਿੱਥੇ ਲੱਗੀ ਹੈ, ਉਹਦਾ ਕੀ ਮਤਲਬ ਹੈ, ਉਸੇ ਸ਼ਬਦ ਨੂੰ ਔਂਕੜ ਲੱਗੀ ਹੈ ਉਹਦਾ ਕੀ ਮਤਲਬ ਹੈ, ਜਾ ਕੇ ਪੁੱਛੋ, ਉਹਨਾਂ ਨੇ ਤੁਹਾਨੂੰ ਭਜਾ ਦੇਣਾ ਹੈ। ਮੈਂ ਗੁਰਦੁਆਰਿਆਂ ਦੇਖਿਆ ਕੋਈ ਸਵਾਲ ਕਰਦਾ ਹੈ ਨਾ, ਉਹਦੇ ਚਮਚੇ ਖੱਬੇ ਸੱਜੇ ਦੂਰ ਕਰ ਦੇਣਗੇ, ਬਾਬਾ ਜੀ ਕੋਲ ਟਾਈਮ ਨਹੀਂ, ਬਾਬਾ ਜੀ ਬਿਜ਼ੀ ਹੈ, ਬਾਬਾ ਜੀ ਨੂੰ ਤੰਗ ਨਾ ਕਰੋ, ਜਵਾਬ ਦੇਣ ਨੂੰ ਤਿਆਰ ਨਹੀਂ ਹਨ ਇਹ ਬਾਬੇ। ਹੋਵੇ ਬੇਸ਼ੱਕ ਉਹਨੂੰ ਜ਼ੂਮ ਤੇ ਲੈ ਕੇ ਆਓ, ਆਈ ਵਿਲ ਡਿਸਕਸ ਵਿਦ ਦੈਮ। ਬਸ ਮੇਰੀ ਹੱਥ ਜੋੜ ਕੇ ਬੇਨਤੀ ਹੈ, ਬਾਣੀ ਨੂੰ ਬਾਣੀ ਰਾਹੀਂ ਸਮਝਣ ਦਾ ਯਤਨ ਕਰੋ। ਇਹ ਗੁਰੂ ਪਾਤਸ਼ਾਹ ਦਾ ਬਚਨ ਹੈ ਕਿ ਬਾਣੀ ਨੂੰ ਬਾਣੀ ਰਾਹੀਂ ਸਮਝਿਆ ਜਾ ਸਕਦਾ ਹੈ, ਤਾਂ ਇਸ ਤਰ੍ਹਾਂ ਆਪ ਮੇਰੀ ਕੋਸ਼ਿਸ਼ ਹੈ, ਕਿਸੇ ਹੋਰ ਵੀਰ ਭੈਣ ਦਾ ਹੱਥ ਖੜਾ ਨਹੀਂ ਹੈ। ਤਾਂ ਅਗੇਨ ਇੱਕ ਵਾਰੀ ਫਿਰ ਬੇਨਤੀ ਕਰਦਾ ਹਾਂ, ਐਨੀ ਕੁਸ਼ਚਨ ਸਵਾਲ ਬੇਸ਼ੱਕ ਲਿਖ ਕੇ ਵਟਸਐਪ ਤੇ ਭੇਜ ਦਿਓ, ਵੀ ਵਿਲ ਡਿਸਕਸ ਦੈਟ ਪ੍ਰੋਪਰਲੀ। ਤਾਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਬਾਣੀ ਬੋਲਦਿਆਂ ਪੜ੍ਹਦਿਆਂ ਭੁੱਲ ਹੋ ਜਾਂਦੀ ਹੈ, ਆਪ ਜਾਣਦੇ ਹੋ, ਉਹਨੂੰ ਦਰੁਸਤ ਕਰ ਸਕਦੇ ਹੋ, ਅਵੇਅਰ ਕਰ ਸਕਦੇ ਹੋ। ਸਾਰੇ ਵੀਰਾਂ ਦਾ ਧੰਨਵਾਦ, ਸਾਰੀਆਂ ਭੈਣਾਂ ਦਾ ਧੰਨਵਾਦ, ਆਓ ਮਿਲ ਕੇ ਫਤਿਹ ਬੁਲਾਈਏ। ਇੱਕ ਕਲਾਸ ਜੋ ਮੈਂ ਹਰ ਮੰਡੇ ਨੂੰ ਲਾਉਂਦਾ ਹਾਂ, ਜਿਹਨੇ ਪਾਠ ਸ਼ੁੱਧ ਸਿੱਖਣਾ ਹੋਵੇ, ਜਿਹਨੇ ਪੰਜਾਬੀ ਸਿੱਖਣੀ ਹੋਵੇ, ਪਾਠ ਬੋਲਣ ਦਾ ਅਭਿਆਸ, ਗ੍ਰਾਮਰ ਗ੍ਰਾਮਰ ਦਾ ਅਭਿਆਸ, ਮੈਂ ਉੱਥੇ ਸਿਰਫ ਸੋਮਵਾਰ ਦੀ ਕਲਾਸ ਵੀ ਕਰਾਉਂਦਾ ਹਾਂ। ਤਾਂ ਆਪ ਸਾਰਿਆਂ ਨੂੰ ਬੇਨਤੀ ਹੈ, ਆਪ ਜੀ ਉਸ ਕਲਾਸ ਦੇ ਵਿੱਚ ਸ਼ਾਮਿਲ ਹੋਵੋ, ਤਾਂ ਆਪ ਆਪਣੇ ਬੱਚਿਆਂ ਨੂੰ ਜਿਹੜੇ ਪੰਜਾਬੀ ਸਿੱਖਣਾ ਚਾਹੁਣ, ਪਾਠ ਸ਼ੁੱਧ ਸਿੱਖਣਾ ਚਾਹੁਣ, ਉਹ ਸੋਮਵਾਰ ਦੀ ਕਲਾਸ ਵਿੱਚ ਵੀ ਹਾਜ਼ਰ ਹੋ ਸਕਦੇ ਹਨ। ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।